A mediocre teacher explains, a good teacher demonstrates, and a great teacher inspires. A journey which began over 100 years ago, this is the story of Guru Har Gobind Sahib Khalsa College, also known as the Wonder in Rural Hinterland. ਆਪਾਂ ਲਾਸਟ ਟਾਈਮ ਯੂਨਿਟ 1 ਪਾਰਟ ਏ ਕੰਪਲੀਟ ਕਰ ਲਿਆ ਸੀ ਦਿਸ ਇਜ਼ ਆਰ ਨੈਕਸਟ ਟੌਪਿਕ ਦੈਟ ਇਜ਼ ਮਲਟੀਮੀਡੀਆ ਯੂਨਿਟ 1 ਪਾਰਟ ਬੀ ਜਿਸ ਤਰ੍ਹਾਂ ਚਾਰਲਸ ਡਾਰਵਿਨ ਨੇ ਬਿਲਕੁਲ ਸਹੀ ਕਿਹਾ ਸੀ ਕਿ ਇਟ ਇਜ਼ ਨੋਟ ਦਾ ਸਟਰੋਂਗੈਸਟ ਆਫ ਦਾ ਸਪੀਸ਼ੀਜ਼ ਦੈਟ ਸਰਵਾਈਵਸ ਨੋਟ ਦਾ ਮੋਸਟ ਇੰਟੈਲੀਜੈਂਟ ਬਟ ਦਾ ਵਨ ਮੋਸਟ ਰਿਸਪੋਂਸਿਵ ਟੂ ਚੇਂਜ ਸੋ ਦੋਜ ਪੀਪਲ ਵਿਲ ਸਰਵਾਈਵ ਜਿਹੜੇ ਚੇਂਜ ਦੇ ਅਕੋਰਡਿੰਗਲੀ ਆਪਣੇ ਆਪ ਨੂੰ ਚੇਂਜ ਕਰਦੇ ਰਹਿਣਗੇ ਸੋ ਇਸੇ ਤਰੀਕੇ ਨਾਲ ਐਜੂਕੇਸ਼ਨ ਦੇ ਵਿੱਚ ਵੀ ਇੱਕ ਚੇਂਜ ਆਈ ਹੈ ਜਿਹਨੂੰ ਆਪਾਂ ਕਹਿ ਰਹੇ ਹਾਂ ਬੇਸਡ ਔਨ ਮਲਟੀਮੀਡੀਆ ਅਪਰੋਚ ਪਹਿਲਾਂ ਸਾਡੀਆਂ 5 ਸੈਂਸ ਔਰਗਨਸ ਨੇ ਪਹਿਲਾਂ ਸਿਰਫ ਚੌਕ ਐਂਡ ਟੌਕ ਮੈਥਡ 'ਤੇ ਜ਼ੋਰ ਦਿੱਤਾ ਜਾਂਦਾ ਸੀ ਅਤੇ ਕੋਗਨੇਟਿਵ ਲੈਵਲ 'ਤੇ ਜ਼ਿਆਦਾ ਜ਼ੋਰ ਦਿੱਤਾ ਜਾਂਦਾ ਸੀ ਪਰ ਜਿਸ ਤਰ੍ਹਾਂ ਸਾਈਕੋਲੋਜੀਕਲ ਡਿਵੈਲਪਮੈਂਟਸ ਹੋਈਆਂ ਨੇ ਉਹਦੇ ਨਾਲ ਨਾਲ ਤਿੰਨੋਂ ਤਰ੍ਹਾਂ ਦੇ ਬਿਹੇਵੀਅਰ 'ਤੇ ਕੋਗਨੇਟਿਵ ਕੋਨੇਟਿਵ ਐਂਡ ਇਫੈਕਟਿਵ ਤਿੰਨਾਂ 'ਤੇ ਕਾਫੀ ਅਸੀਂ ਫੋਕਸ ਕਰਨਾ ਸ਼ੁਰੂ ਕੀਤਾ ਅਤੇ ਨਾਓ ਵੀ ਆਰ ਫੋਲੋਇੰਗ ਦਾ ਮਲਟੀ ਸੈਂਸਰੀ ਅਪਰੋਚ ਸੋ ਦਾ ਵਰਡ ਕਮਸ ਮਲਟੀ ਮੀਡੀਆ ਜਿਹੜੇ ਯੁੱਗ 'ਚ ਅਸੀਂ ਰਹਿ ਰਹੇ ਹਾਂ ਦਿਸ ਇਜ਼ ਅ ਇਰਾ ਆਫ ਸਾਇੰਸ ਐਂਡ ਟੈਕਨੋਲੋਜੀ ਜਿਹਦੇ ਵਿੱਚ ਹਰ ਇੱਕ ਫੀਲਡ ਦੇ ਵਿੱਚ ਚਾਹੇ ਸਾਡੀ ਰੂਟੀਨ ਲਾਈਫ ਹੈ ਚਾਹੇ ਸਾਡਾ ਕੋਈ ਘਰ ਦਾ ਕੰਮ ਹੈ ਜਾਂ ਸਾਡੇ ਕਾਲਜ ਦਾ ਪੜ੍ਹਾਈ ਦਾ ਕੰਮ ਹੈ ਜਾਂ ਸਕੂਲਸ ਦਾ ਕੰਮ ਹੈ ਹਰ ਇੱਕ ਜਗ੍ਹਾ ਅਸੀਂ ਦੇਖ ਰਹੇ ਹਾਂ ਕਿ ਦੇਰ ਇਜ਼ ਅ ਪੈਨੀਟ੍ਰੇਸ਼ਨ ਬਾਏ ICT ਇਨਫੋਰਮੇਸ਼ਨ ਕਮਿਊਨੀਕੇਸ਼ਨ ਐਂਡ ਟੈਕਨੋਲੋਜੀ ਸੋ ਜਿਹੜਾ ਮਲਟੀਮੀਡੀਆ ਦਾ ਕੰਸੈਪਟ ਆ ਉਹ ਵੀ ਇਹਦੇ ਵਿੱਚੋਂ ਹੀ ਇਮਰਜ ਹੋ ਕੇ ਆ ਰਿਹਾ ਅਸੀਂ ਹਰ ਰੋਜ਼ ਆਪਣੀ ਰੂਟੀਨ ਲਾਈਫ ਦੇ ਵਿੱਚ ਸਟੈਟਿਕ ਐਂਡ ਐਨੀਮੇਟਿਡ ਪ੍ਰੈਜੈਂਟੇਸ਼ਨ ਦੇਖਦੇ ਹਾਂ ਸਿਮੂਲੇਸ਼ਨ ਦੇਖ ਰਹੇ ਹਾਂ ਔਨਲਾਈਨ ਲਰਨਿੰਗ ਦੇਖ ਰਹੇ ਹਾਂ ਸਾਡੇ ਆਲੇ ਦੁਆਲੇ ਜੋ ਇੰਟਰਨੈਟ ਨੇ ਇੱਕ ਜਾਲ ਬੁਣਿਆ ਉਹਨੇ ਇੰਟਰਨੈਟ ਨੇ ਸਾਰੀ ਦੁਨੀਆ ਨੂੰ ਬਹੁਤ ਛੋਟਾ ਬਣਾ ਤਾ ਸੋ ਆਲ ਦੀਜ਼ ਥਿੰਗਸ ਆਰ ਕੰਟਰੀਬਿਊਟਿੰਗ ਫਾਰ ਦਾ ਵਰਡ ਮਲਟੀ ਮੀਡੀਆ ਇੱਕ ਡਾਇਗਰਾਮ ਹੈ ਸਾਹਮਣੇ ਤੁਹਾਡੇ ਨਜ਼ਰ ਆ ਰਹੀ ਹੈ ਦਿਸ ਇਜ਼ ਵੈਰੀ ਫੇਮਸ cone of experience given by Edgar Dale. It is also called Dale's cone of experience. ਇੱਕ ਮਾਡਲ ਪ੍ਰਜੈਂਟ ਕਰਦੀ ਹੈ ਜਿਹਦੇ ਵਿੱਚ ਬਹੁਤ ਸਾਰੀਆਂ ਡਿਫਰੈਂਟ ਥਿਊਰੀਜ ਦੀਆਂ ਜੋ ਥੋਰੈਟੀਕਲ ਗੱਲਾਂ ਸੀ ਉਹਨਾਂ ਨੂੰ ਪ੍ਰੈਕਟੀਕਲ ਫਾਰਮ ਦੇ ਵਿੱਚ ਅਪਲਾਈ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਲੋਕ ਸਿੱਖਦੇ ਕਿਵੇਂ ਨੇ ਅਤੇ ਯਾਦ ਕਿਵੇਂ ਕਰਦੇ ਨੇ ਕਿ ਜਦੋਂ ਅਸੀਂ ਕੁਛ ਪੜ੍ਹ ਲੈਂਦੇ ਹਾਂ ਉਹਨੂੰ ਯਾਦ ਕਿਸ ਤਰ੍ਹਾਂ ਕਰਦੇ ਹਾਂ ਜੇ ਤੁਸੀਂ ਉਹਨੂੰ ਸਾਰੀ ਡਾਇਗਰਾਮ ਨੂੰ ਬੜੇ ਧਿਆਨ ਨਾਲ ਦੇਖੋਗੇ ਕਿ ਜਦੋਂ ਅਸੀਂ ਇਕੱਲਾ ਰੀਡ ਕਰਦੇ ਹਾਂ ਤਾਂ ਓਨਲੀ 10% ਸਾਡੇ ਰਿਮੈਂਬਰ ਰਹਿੰਦਾ ਜਦੋਂ ਅਸੀਂ ਰੀਡ ਦੇ ਨਾਲ ਨਾਲ ਹੀਅਰ ਕਰਦੇ ਹਾਂ ਦੈਨ 20% ਜਦੋਂ ਇਮੇਜਸ ਦੇਖਦੇ ਹਾਂ ਵੀਡੀਓਜ਼ ਦੇਖਦੇ ਹਾਂ ਦੈਨ ਇਟ ਕੰਟਰੀਬਿਊਟ ਫਾਰ 30% ਇਨ ਆਰ ਰਿਮੈਂਬਰਿੰਗ When we attend exhibitions, sites, or watch a demonstration, then we can remember around 50%. When we are involved in a hands-on experience in a workshop form, then we can remember around 70%. Either we are working by hands-on, working with experience, hands-on experience or a collaborative work. ਤੁਸੀਂ ਰਲ ਮਿਲ ਕੇ ਕਿਸੇ ਨਾਲ ਕੰਮ ਕਰ ਰਹੇ ਹਾਂ ਜਾਂ ਕਿਸੇ ਵਰਕਸ਼ਾਪ ਫਾਰਮ ਦੇ ਵਿੱਚ ਮੰਨ ਲਓ ਤੁਸੀਂ ਕੋਈ ਟੀਚਿੰਗ ਏਡ ਬਣਾ ਰਹੇ ਹੋ ਮਾਡਲ ਬਣਾ ਰਹੇ ਹੋ ਕੋਈ ਜੋ ਤੁਸੀਂ ਮਾਡਲ ਬਣਾਉਂਦੇ ਹੱਥਾਂ ਨਾਲ ਕੰਮ ਕਰ ਲਓਗੇ ਉਹ ਤੁਹਾਡੇ 70% ਹਮੇਸ਼ਾ ਯਾਦ ਰਹੇਗਾ ਦੀਜ ਆਰ ਦਾ ਰਿਸਰਚ ਬੇਸਡ ਡਾਟਾਜ ਗਿਵਨ ਬਾਏ ਐਡਗਰ ਡੇਲ ਦੈਨ ਕਮਸ When you stimulate, model or experience a lesson or tusi apne aap kuch design karde ho perform karde ho apne aap khud real things karde ho oh tuhade 90% tak yaad rehndiyan ne so this is a very important diagram given by Edgar Dale jito multimedia di introduction ban jandi hai it shows that why we have to use multimedia in our teaching learning process ਸੋ ਇਸੇ ਡਾਇਗ੍ਰਾਮ ਨੂੰ ਥੋੜ੍ਹਾ ਸਿੰਪਲੀਫਾਈ ਕਰਕੇ ਦਿਖਾਇਆ ਗਿਆ ਕਿ ਰਿਮੈਂਬਰਿੰਗ 'ਚ ਕਿੰਨਾ ਕਿੰਨਾ ਕਿਹੜੀ ਚੀਜ਼ ਕੰਟਰੀਬਿਊਟ ਕਰਦੀ ਹੈ ਫਰੋਮ 10% ਟੂ ਦਾ 90% ਇਟ ਮੀਨਸ ਐਜ਼ ਦਾ ਮੀਡੀਆਜ਼ ਆਰ ਇਨਕਰੀਜ਼ਿੰਗ ਔਰ ਐਜ਼ ਦਾ ਰੀਅਲ ਲਾਈਫ ਐਕਸਪੀਰੀਅੰਸਿਸ ਆਰ ਇਨਕਰੀਜ਼ਿੰਗ ਆਰ ਰਿਮੈਂਬਰਿੰਗ ਪਾਵਰ ਇਜ਼ ਆਲਸੋ ਇਨਕਰੀਜ਼ਿੰਗ ਸੋ ਮਲਟੀਮੀਡੀਆ ਇਜ਼ ਅ ਕੰਬੀਨੇਸ਼ਨ ਆਫ ਟੂ ਵਰਡ ਵਨ ਇਜ਼ ਅ ਮਲਟੀ ਐਂਡ ਅਨਦਰ ਵਨ ਇਜ਼ ਅ ਮੀਡੀਆ ਮਲਟੀ ਮੀਨਸ many
And media or medium means a tool, a vehicle or an agent to present or convey something. Oh, cheez jide through assi kuch present karde hain. So multimedia is all about communicating in several ways. Means jadon assi ik to jyada medias use karke teaching learning process de vich instructions teaching de rahe hain ya koi skill sikha rahe hain, that is called multimedia approach. Concept of multimedia. Multimedia is a computer-based interactive communication process that incorporates text, graphic, diagram, sound, animation, picture, and videos. So, multimedia da bhav ki hai ke alag alag tarah da media use karna jide je text bhi ho sakda, image bhi ho sakdi hai, graphics bhi ho sakde ne. All are the part of multimedia. Multimedia can be described as two or more media combined to provide information about subject or concept. So this is the simple concept. Je apan nu samjhna hove ki multimedia hai ki hai jadon assi ik ja ik to zyada ja bahut sare medias nu use karde ha, to that is called multimedia. Jadon apan diyan definitions dekhde ha, you will find many definition on various sources और प्लेटफॉर्म्स, बुक्स भी हो सकते हैं, इंटरनेट भी हो सकता. सो अलग अलग डेफिनेशन की कहती है, जिस तरह बगई की डेफिनेशन 1998 दी है, वो की कह रहा है कि ना मल्टीमीडिया कैन बी डिफाइंड एज द कंबाइनिंग ऑफ टेक्स्ट, ग्राफिक, एनिमेशन, पिक्चर्स, वीडियो एंड साउंड टू प्रेजेंट इनफॉर्मेशन. जो असं सारिया चीज़ों इकट्ठा करके कोई इनफॉर्मेशन प्रेजेंट करते हैं, दैन वी आर यूजिंग मल्टीमीडिया. Another definition by Hedy and Hedish says that multimedia involves a simulation, simultaneous use of multiple media format. So the next definition by Hedy and Hed says that multimedia involves a simultaneous use of multiple media format. Ikko samay ik to jyada media jadon use karde hain, unnu assi ki keh rahe hain, multimedia. This is the definition given by Hedy and Hed. हुण मल्टीमीडिया दो तरह का हो सकता, एक हो सकता लीनियर फॉर्म दे विच, दूसरा हो सकता नॉन लीनियर फॉर्म दे विच. जिहड़ा लीनियर फॉर्म दे विच आ, नॉर्मली उहदे विच जिहड़ा प्रोसीजर हुंदा किवें उहनूं यूज़ करना पहलां तो प्री डिफाइंड हुंदा. स्टार्ट होया, पहली चीज़ आई, सैकेंड आई, थर्ड आई, तो एंड हो गया. जिहड़ा उहदा कंट्रोल है वह मीडिया नूं यूज़ करन वाले दे, जो उहनूं बना के प्रजेंट कर रहा उहदे मेनली उहदे हत्थ 'च हुंदा. जदों आपां दूसरी टाइप पढ़दे हां, दैट इज़ कॉल्ड नॉन लीनियर. और द कंट्रोल जिहड़ा हैगा उहदे विच की हुंदा, सीकुएंस दा कंट्रोल है वह यूजर दे हाथ दे विच हुंदा. जो परसन उस तो सीख रहा, जो परसन उन्हें यूज कर रहा, ही और शी कैन कंट्रोल द सीकुएंस ऑफ द मीडिया. सो यह दो तरह का हो सकता, सिंपल नॉन लीनियर हो सकता ते कंपलैक्स नॉन लीनियर हो सकता, जिदे विच थोड़ी जी टिपिकल उहदियां जिहड़ियां ब्रांचेस ने वधा दित्तियां जांदियां ने, उहनूं आपां की कह रहे हैं कंपलैक्स नॉन लीनियर. जिहदे विच सिंपल प्रोसीजर दिता गया उहनूं की कह दिंदे आपां सिंपल नॉन लीनियर. सो बेसिकली दो तरह दियां टाइप्स ने, एक जिहड़ा सीधी रेखा चलदा जिहनूं की बोलदे आ लीनियर, जिहदे विच मेनली कंट्रोल उस परसन दे हत्थ 'च हुंदा जो मीडिया प्रजेंट कर रहा हुंदा. सैकेंड ऑप्शन वो है कि जिहदे विच कंट्रोल भी यूजर दे हत्थ विच ज़्यादा हुंदा. एंड सैकेंड थिंग इज जिदे विच ऑप्शन हुंदियां ने, तुसी बैक भी आ सकते हो, अगे भी जा सकते हो. इट मीनस उहदा जिहड़ा सीकुएंस आ ओह की नहीं हैगा, लीनियर नहीं हैगा, नॉन लीनियर आ. रेखी ना होके अलग तरीके का स्ट्रक्चर बनाउंदा. जिहड़ा दो डायग्राम च दिखाया गया, पहली डायग्राम की दिखा रही है सिंपल फॉरमेट, दूसरी डायग्राम की दिखा रही है थोड़ा जिहा कंपलैक्स फॉरमेट. नैक्सट कम्स द एलीमेंट्स ऑफ मल्टीमीडिया. मल्टीमीडिया किन्ना किन्ना तत्तां तो मिलकर बनया है, जब मल्टीमीडिया के मेन आस्पेक्ट की ने, मेन एलीमेंट्स की ने. सब तो पहला आप पढ़ते हैं टैक्सट. टैक्सट का परपज की है, कादे वास्ते आप टैक्सट यूज कर रहे हैं, उहदा टाइटल किहो जिहा होना चाहिए, उहदी बॉडी किहो जी होनी चाहिए है, उहदी मेनू उहदे च कंटेंट की पाउणा चाहुंदे हो, जां उह कित्थे कंटेंट शो करना चाहुंदे हो. हुण जिस तरह तुसीं मेरी स्क्रीन देख रहे हो, इहदे विच हैडिंग अलग है, सब हैडिंग अलग ने, उहदे पार्ट्स अलग ने. सो इट मीनस जदों भी असी किसी प्रेजेंटेशन दे विच कोई टैक्स प्रजेंट करते हैं, वो टैक्स प्रजेंट करन दा साडा परपज की है, कि वह टाइटल वास्ते यूज कर रहे हैं, कि असी उहदा विचला कंटेंट देना चाहते हैं, जां उहदे बेस ते कोई असी अगे मेनू बनाना चाहते हैं. सो इट मीनस जदों भी असी कोई मल्टीमीडिया यूज करिए, तो उहदे च टैक्स जिहड़ा यूज कर रहे हैं, एक एलीमेंट उहदा परपज की है. सो दैट इज़ अ फर्स्ट थिंग
ਉਹਦਾ ਪਰਪਸ ਇਹਦੇ ਵਿੱਚ ਨਾਲ ਹੀ ਤੁਹਾਡੀ ਗ੍ਰਾਫਿਕਸ ਨੇ ਸਾਊਂਡ ਆਡੀਓ ਐਨੀਮੇਸ਼ਨ ਵੀਡੀਓ ਇਹ ਪੰਜ ਤਰ੍ਹਾਂ ਦਾ ਮੇਨ ਜਿਹੜਾ ਹੈਗਾ ਐਲੀਮੈਂਟ ਅਸੀਂ ਕਹਿੰਦੇ ਹਾਂ ਮਲਟੀਮੀਡੀਆ ਦੇ ਜਿਹਦੇ ਸਭ ਤੋਂ ਪਹਿਲਾਂ ਇੰਪੋਰਟੈਂਟ ਹੈ ਟੈਕਸਟ ਦੂਸਰਾ ਹੈ ਗ੍ਰਾਫਿਕਸ ਤੀਸਰਾ ਹੈ ਸਾਊਂਡ ਜਾਂ ਆਡੀਓ ਫੋਰਥ ਹੈ ਐਨੀਮੇਸ਼ਨ ਫਿਫਥ ਹੈ ਵੀਡੀਓਜ਼ So these are the main elements of multimedia. ਇਹ ਜਿਹੜਾ ਗ੍ਰਾਫਿਕ ਯੂਜ਼ ਕਰ ਰਹੇ ਹੋ ਉਹਦੀ ਨੀਡ ਕੀ ਹੈ ਜਾਂ ਉਹਦੀ ਐਪਰੋਪ੍ਰੀਏਟਨੈਸ ਹੈਗੀ ਜਾਂ ਨਹੀਂ ਹੈਗੀ ਕੋਈ ਡਾਇਗਰਾਮ ਯੂਜ਼ ਕਰ ਰਹੇ ਹਾਂ ਕੋਈ ਕਰਵ ਯੂਜ਼ ਕਰ ਰਹੇ ਹਾਂ ਉਹਨੂੰ ਧਿਆਨ 'ਚ ਰੱਖਣਾ ਥਰਡ ਜੇ ਅਸੀਂ ਕੋਈ ਮਲਟੀਮੀਡੀਆ ਯੂਜ਼ ਕਰਨ ਲੱਗੇ ਇਹਨੂੰ ਅਪਰੋਚ ਨੂੰ ਯੂਜ਼ ਕਰਨ ਲਈ ਕੋਈ ਸਾਊਂਡ ਪਾਉਣੀ ਚਾਹੁੰਦੇ ਹਾਂ ਕਿ ਅਸੀਂ ਨੈਚੁਰਲ ਸਾਊਂਡ ਪਾਉਣੀ ਹੈ ਜਾਂ ਅਸੀਂ ਕੋਈ ਬੈਕਗਰਾਊਂਡ ਮਿਊਜ਼ਿਕ ਪਾਉਣਾ ਜਾਂ ਅਸੀਂ ਕੋਈ ਡਾਇਲੋਗ ਪਾਉਣੇ ਨੇ ਜਾਂ ਅਸੀਂ ਕਿਸੇ ਚੀਜ਼ ਦੀ ਨਰੇਸ਼ਨ ਪਾਉਣੀ ਹੈ ਸੋ ਇਟ ਵਿਲ ਡਿਪੈਂਡ ਕਿ ਸਾਡਾ ਪਰਪਸ ਕੀ ਹੈ ਉਸ ਚੀਜ਼ ਨੂੰ ਸਾਊਂਡ ਨੂੰ ਅਸੀਂ ਕਿਉਂ ਪਾਉਣਾ ਚਾਹੁੰਦੇ ਹਾਂ ਦੈਨ ਕਮਸ ਐਨੀਮੇਸ਼ਨ ਐਨੀਮੇਸ਼ਨ ਮਲਟੀਮੀਡੀਆ 'ਚ ਟੂ ਡਾਇਮੈਂਸ਼ਨਲ ਵੀ ਹੋ ਸਕਦੀਆਂ ਨੇ ਐਨੀਮੇਸ਼ਨ ਥ੍ਰੀ ਡਾਇਮੈਂਸ਼ਨਲ ਵੀ ਹੋ ਸਕਦੀਆਂ ਨੇ ਦੈਨ ਲਾਸਟ ਵਨ ਇਜ਼ ਅ ਵੀਡੀਓ ਆਪਾਂ ਇਹਦੇ ਬਾਰੇ ਹੋਰ ਵੀ ਡਿਟੇਲ 'ਚ ਪੜ੍ਹਦੇ ਹਾਂ ਨੈਕਸਟ ਨੈਕਸਟ ਕਮਸ ਵੇਰੀਅਸ ਮੀਡੀਅਮ ਆਫ ਡਿਲੀਵਰੀ ਜਿਹੜਾ ਮਲਟੀਮੀਡੀਆ ਨੂੰ ਤੁਸੀਂ ਡਿਲੀਵਰ ਕਰਨ ਲੱਗੇ ਅਲੱਗ ਅਲੱਗ ਮੀਡੀਆ ਯੂਜ਼ ਕਰ ਸਕਦੇ ਹੋ ਜਾਂ ਤਾਂ ਤੁਸੀਂ ਸੀ ਡੀ ਰੋਮ 'ਚ ਪਾ ਕੇ ਇੱਕ ਪ੍ਰੈਜੈਂਟੇਸ਼ਨ ਬਣਾਈ ਜਿਹਦੇ ਵਿੱਚ ਸਾਊਂਡ ਵੀ ਹੈ ਐਨੀਮੇਸ਼ਨ ਵੀ ਨੇ ਟੈਕਸਟ ਵੀ ਹੈ ਤੁਸੀਂ ਅਲੱਗ ਅਲੱਗ ਐਲੀਮੈਂਟ ਯੂਜ਼ ਕਰ ਲਏ ਮਲਟੀਮੀਡੀਆ ਦੇ ਹੁਣ ਉਹਨੂੰ ਸੀ ਡੀ ਰੋਮ 'ਚ ਪਾ ਕੇ ਤੁਸੀਂ ਇੱਕ ਪ੍ਰੋਗਰਾਮ ਬਣਾ ਕੇ ਦਿੱਤਾ ਅਸੀਂ ਬਹੁਤ ਸਾਰੀਆਂ ਸੀ ਡੀਜ਼ ਦੇਖਦੇ ਹਾਂ ਜਿਹੜੀਆਂ ਐਜੂਕੇਸ਼ਨਲ ਸੀ ਡੀਜ਼ ਦੇ ਵਿੱਚ ਟੋਪਿਕ ਪੜ੍ਹਾਏ ਜਾਂਦੇ ਨੇ ਕੰਟੈਂਟ ਪੜ੍ਹਾਏ ਜਾਂਦੇ ਨੇ ਦੈਟ ਇਜ਼ ਅ ਵਨ ਮੋਡ ਔਰ ਵਨ ਮੀਡੀਅਮ ਆਫ ਡਿਲੀਵਰੀ Second, films is also a one medium of delivery. Third is a internet. Internet ki hai ke jide through aap aaj kal online classes la rahe hain utthe tusi multimedia apne videos record karke jive apne Moodle LMS te available ne. So eh ja koi na koi tusi hard drive pen drive use kar rahe ho jide through tusi apne multimedia nu baakiyan tak pahuncha sakde ho that is a main word medium of delivery. ਹੁਣ ਅਸੀਂ ਜਦੋਂ ਇਹਦੇ ਮਲਟੀਮੀਡੀਆ ਦੀਆਂ ਡਿਵੈਲਪਮੈਂਟ ਸਟੇਜਸ ਦੀ ਗੱਲ ਕਰਦੇ ਹਾਂ ਕਿ ਕਿਹੜੇ ਕਿਹੜੀਆਂ ਸਟੇਜਸ ਤੋਂ ਜਿਹੜਾ ਹੈਗਾ ਮਲਟੀਮੀਡੀਆ ਡਿਵੈਲਪ ਹੁੰਦਾ ਸਭ ਤੋਂ ਪਹਿਲੀ ਸਟੇਜ ਆਉਂਦੀ ਹੈ ਪਲੈਨਿੰਗ ਦੀ ਪਲੈਨਿੰਗ 'ਚ ਅਸੀਂ ਕੀ ਪੜ੍ਹਦੇ ਹਾਂ ਸਭ ਤੋਂ ਪਹਿਲਾਂ ਆਉਂਦਾ ਕਿ ਜਿਹੜਾ ਵੀ ਮਲਟੀਮੀਡੀਆ ਅਸੀਂ ਡਿਵੈਲਪ ਕਰਨਾ ਉਹਦੀ ਨੀਡ ਕੀ ਹੈ ਵਟ ਇਜ਼ ਅ ਨੀਡ ਆਫ ਦੈਟ ਮੀਡੀਆ ਦ ਸੈਕਿੰਡ ਪੁਆਇੰਟ ਉਸ ਨੀਡ ਦੇ ਅਕੋਰਡਿੰਗਲੀ ਜੋ ਅਸੀਂ ਮਲਟੀਮੀਡੀਆ ਬਣਾਉਣਾ ਚਾਹੁੰਦੇ ਹਾਂ ਉਹਦੇ ਵਿੱਚ ਸਾਡੇ ਕੋਲ ਹਿਊਮਨ ਰਿਸੋਰਸਿਸ ਕਿਹੜੇ ਕਿਹੜੇ ਨੇ ਤੇ ਸਾਡੇ ਕੋਲ ਟੈਕਨੀਕਲ ਰਿਸੋਰਸਿਸ ਕਿਹੜੇ ਕਿਹੜੇ ਨੇ ਫਿਰ ਅਸੀਂ ਦੋਨਾਂ ਨੂੰ ਐਨਾਲਾਈਜ਼ ਕਰਨਾ ਕਿ ਕਿਹੜੇ ਕਿਹੜੇ ਰਿਸੋਰਸ ਸਾਡੇ ਕੋਲ ਅਵੇਲੇਬਲ ਨੇ ਕਿਹੜੇ ਕਿਹੜੇ ਸਾਡੇ ਵਾਸਤੇ ਹੈਲਪਫੁਲ ਹੋ ਸਕਦੇ ਨੇ ਸੋ ਸੈਕੰਡ ਵਨ ਇਜ਼ ਐਨਾਲਿਸਿਸ ਆਫ ਦ ਰਿਸੋਰਸ ਦੈਟ ਕੈਨ ਬੀ ਹਿਊਮਨ ਔਰ ਨਾਨ ਹਿਊਮਨ ਦੈਨ ਅਸੀਂ ਕਿੱਥੇ ਗ੍ਰਾਫਿਕਸ ਪਾਉਣੇ ਨੇ ਕਿੱਥੇ ਮਿਊਜ਼ਿਕ ਪਾਉਣਾ ਕਿੱਥੇ ਟੈਕਸਟ ਪਾਉਣਾ ਜਿਹੜੇ ਆਪਾਂ ਐਲੀਮੈਂਟ ਪੜ੍ਹ ਕੇ ਆਏ ਹਾਂ ਉਹਨਾਂ ਐਲੀਮੈਂਟਸ ਨੂੰ ਯੂਜ਼ ਕਿਵੇਂ ਕਰਨਾ ਅਤੇ ਕਿੱਥੇ ਅਤੇ ਕਿੰਨਾ ਯੂਜ਼ ਕਰਨਾ ਇਹਦੀ ਪਲੈਨਿੰਗ ਸਾਡੇ ਕੋਲ ਪਹਿਲਾਂ ਤੋਂ ਹੋਣੀ ਚਾਹੀਦੀ ਹੈ ਦੈਨ ਕਮਸ ਕਿ ਜੇ ਪਿਕਚਰ ਇੰਪੋਰਟੈਂਟ ਹੈ ਇੱਥੇ ਜਾਂ ਇੱਥੇ ਇੰਪੋਰਟੈਂਟ ਹੈ ਸਾਊਂਡ ਅਸੀਂ ਇਹ ਡਿਸਾਈਡ ਕਰ ਲੈਣਾ ਪਹਿਲਾਂ ਤੋਂ ਕਿ ਇੱਥੇ ਆਹ ਚੀਜ਼ ਬੱਚਿਆਂ ਨੂੰ ਜ਼ਿਆਦਾ ਪ੍ਰਭਾਵਿਤ ਕਰੇਗੀ ਇਸ ਚੀਜ਼ ਦੇ ਨਾਲ ਆਹ ਚੀਜ਼ ਬੈਟਰ ਵੇ ਨਾਲ ਬੱਚਿਆਂ ਨੂੰ ਸਮਝਾਈ ਜਾ ਸਕਦੀ ਹੈ ਟੈਕਸ ਜੇ ਪਾਉਣਾ ਚਾਹੁੰਦੇ ਹਾਂ ਤਾਂ ਕਿੰਨਾ ਪਾਉਣਾ ਜਿਵੇਂ ਮੈਂ ਸਾਹਮਣੇ ਸਲਾਈਡ ਦਿਖਾਈਆਂ ਨੇ ਤਾਂ ਸਲਾਈਡ ਦੇ ਉੱਤੇ ਬਹੁਤ ਜ਼ਿਆਦਾ ਹੈਵੀ ਟੈਕਸ ਵੀ ਨਹੀਂ ਹੋ ਸਕਦਾ ਬਹੁਤ ਘੱਟ ਵੀ ਨਹੀਂ ਜਾਂ ਟੈਕਸ ਦੇ ਨਾਲ ਕੋਈ ਇਮੇਜ ਪਾਉਣੀ ਹੈ ਜਾਂ ਉਹ ਇਮੇਜ ਨੂੰ ਸਪੋਰਟ ਕਰਨ ਲਈ ਕੋਈ ਆਪਾਂ ਸਾਊਂਡ ਪਾਉਣੀ ਹੈ ਜਾਂ ਉਹਨੂੰ ਹੋਰ ਇੰਟਰੈਕਟਿਵ ਬਣਾਉਣ ਲਈ ਅਸੀਂ ਕੋਈ ਐਨੀਮੇਸ਼ਨ ਪਾਉਣੀ ਹੈ ਜਾਂ ਇਹਨਾਂ ਸਾਰੀਆਂ ਚੀਜ਼ਾਂ ਨੂੰ ਇਕੱਠੇ ਕਰਕੇ ਅਸੀਂ ਕੀ ਬਣਾਉਣਾ ਚਾਹੁੰਦੇ ਹਾਂ ਵੀ ਵਾਂਟ ਟੂ ਯੂਜ਼ ਵਨ ਵੀਡੀਓ ਸੋ ਵਨ ਆਫ ਦ ਫਸਟ ਸਟੈਪ ਇਜ਼ ਪਹਿਲਾ ਪੜਾਅ ਸਾਡਾ ਕੀ ਆਏਗਾ ਜਦੋਂ ਅਸੀਂ ਕੋਈ ਮਲਟੀਮੀਡੀਆ ਬਣਾਉਣਾ ਤਾਂ ਉਹਦੀ ਪਲੈਨਿੰਗ ਕਰਨੀ ਉਹਦਾ ਜਿਹੜਾ ਕਹੇਗਾ ਢਾਂਚਾ ਤਿਆਰ ਕਰ ਲੈਣਾ ਸੈਕਿੰਡ ਵਨ ਜੋ ਪਲਾਨ ਕੀਤਾ ਉਹਨੂੰ ਕ੍ਰਮਬੱਧ ਕਰਦੇ ਹੋਏ ਲਾਈਨ ਬਣਾ ਕੇ ਜਦੋਂ ਅਸੀਂ ਸੈਟਲ ਕਰਦੇ ਹਾਂ ਕਿ ਪਹਿਲੀ ਚੀਜ਼ ਕੀ ਪਾਉਣੀ ਆ ਸੈਕਿੰਡ ਕੀ ਕਰਨੀ ਆ ਥਰਡ ਕੀ ਕਰਨੀ ਆ ਫੋਰਥ ਕੀ ਕਰਨੀ ਆ ਇਟ ਮੀਨਸ ਜਿਵੇਂ ਤੁਸੀਂ ਮੂਵੀਜ਼ ਬਣਾਉਂਦੇ ਦੇਖੇ ਹੋਣਗੇ ਉਹ 'ਚ ਇੱਕ ਸੀਕੁਐਂਸ ਬਣਦੀ ਹੈ ਹਰ ਇੱਕ ਚੀਜ਼ ਫਸਟ ਪੁਆਇੰਟ 'ਤੇ ਕੀ ਬਣਾਉਣਾ ਚਾਹੁੰਦੇ ਹੋ ਸੈਕਿੰਡ 'ਤੇ ਕੀ ਕਰਨਾ ਥਰਡ 'ਤੇ ਕੀ ਕਰਨਾ ਫੋਰਥ 'ਤੇ ਕੀ ਕਰਨਾ ਦੈਟ ਇਜ਼ ਅ ਸਟੋਰੀ ਬੋਰਡ ਉਹਨੂੰ ਕੀ ਬੋਲਦੇ ਹਾਂ ਅਸੀਂ ਵਰਡ ਸਟੋਰੀ ਬੋਰਡ ਕਿ ਅਸੀਂ ਇੱਕ ਸਟੋਰੀ ਸੁਣਾਉਣ ਜਾ ਰਹੇ ਹਾਂ ਜਾਂ ਅਸੀਂ ਇੱਕ ਟੋਪਿਕ ਪੜ੍ਹਾਉਣ ਜਾ ਰਹੇ ਹਾਂ ਉਹਦੇ 'ਚ ਪਹਿਲਾ ਸਟੈਪ ਕੀ ਹੈ ਸੈਕੰਡ ਕੀ ਹੈ ਥਰਡ ਕੀ ਹੈ ਫੋਰਥ ਕੀ ਹੈ ਦੈਟ ਇਜ਼ ਦ ਮੇਨ ਪੁਆਇੰਟ ਆਫ ਸਟੋਰੀ ਬੋਰਡ ਕਿ ਅਸੀਂ ਉਹਨੂੰ ਪ੍ਰਜੈਂਟ ਕਿਵੇਂ ਕਰਨਾ ਜੋ ਅਸੀਂ ਪਲੈਨ ਕੀਤਾ ਕੰਟੈਂਟ ਦੈਨ ਥਰਡ ਵਨ ਇਜ਼ ਜਦੋਂ ਅਸੀਂ ਉਹਨੂੰ ਸਾਰੇ ਸਟੋਰੀ ਬੋਰਡ ਦੀ ਫਾਰਮ 'ਚ ਬਣਾ ਲਿਆ ਜਿਵੇਂ ਤੁਸੀਂ ਲੈਸਨ ਪਲੈਨ ਬਣਾਉਂਦੇ ਤੁਹਾਡਾ ਲੈਸਨ ਪਲੈਨ ਇਜ਼ ਅ ਟਾਈਪ ਆਫ ਸਟੋਰੀ ਬੋਰਡ ਕਿ ਜਿਵੇਂ ਤੁਸੀਂ ਪਲੈਨ ਕਰਦੇ ਹੋ ਪਹਿਲਾਂ ਪੀਕੇ ਟੈਸਟਿੰਗ ਕਰਾਂਗੇ ਸੈਕੰਡ ਏ ਕਰਾਂਗੇ ਥਰਡ ਏ ਕਰਾਂਗੇ ਉਹ ਜਿਹੜੀ ਪਲੈਨਿੰਗ ਕਰ ਰਹੇ ਹੋ ਅਸੀਂ ਇੱਕ ਨਾਮ ਕੀ ਦਿੱਤਾ ਇੱਥੇ ਸਟੋਰੀ ਬੋਰਡ ਦੈਨ ਥਰਡ ਵਨ ਇਜ਼ ਐਡੀਟਿੰਗ ਐਡੀਟਿੰਗ ਦੇ ਵਿੱਚ ਤਿੰਨ ਸਟੈਪ ਬੜੇ ਇੰਪੋਰਟੈਂਟ ਨੇ ਦ ਫਸਟ ਵਨ ਇਜ਼ ਰਿਵਿਊਇੰਗ ਐਡੀਟਿੰਗ ਐਂਡ ਇੰਪਰੂਵਮੈਂਟ
ਪਹਿਲਾਂ ਅਸੀਂ ਰਿਵਿਊ ਕਰਾਂਗੇ ਕਿੱਥੇ ਕਿੱਥੇ ਸਾਨੂੰ ਕਿਹੜੀ ਕਿਹੜੀ ਚੀਜ਼ ਨੂੰ ਇੰਪਰੂਵ ਕਰਨ ਦੀ ਲੋੜ ਹੈ, ਦੈਨ ਅਸੀਂ ਉਸ ਅਕੋਰਡਿੰਗਲੀ ਉਹਨੂੰ ਐਡਿਟ ਕਰਦੇ ਜਾਵਾਂਗੇ। ਐਡੀਟਿੰਗ ਕਰਦੇ ਟਾਈਮ ਕਿੱਥੇ ਸਾਊਂਡ ਦੀ ਐਡੀਟਿੰਗ ਦੀ ਲੋੜ ਹੈ, ਕਿੱਥੇ ਐਨੀਮੇਸ਼ਨਸ ਦੀ ਐਡੀਟਿੰਗ ਦੀ ਲੋੜ ਹੈ, ਕਿੱਥੇ ਪਿਕਚਰਸ ਦੀ ਐਡੀਟਿੰਗ ਦੀ ਲੋੜ ਹੈ, ਕਿੱਥੇ ਟੈਕਸਟ ਦੇ ਵਿੱਚ ਐਡੀਟਿੰਗ ਦੀ ਲੋੜ ਹੈ, ਦੈਨ ਵੀ ਵਿਲ ਗੋ ਥਰੂ ਦੀਜ਼ ਫਾਰਮਲ ਸਟੈਪਸ। ਐਂਡ ਦਾ ਲਾਸਟ ਵਨ ਇਜ਼, ਜਦੋਂ ਇਹ ਦੋਨੋਂ ਚੀਜ਼ਾਂ ਹੋਣਗੀਆਂ, ਅਲਟੀਮੇਟਲੀ ਯੋਰ ਕੰਟੈਂਟ ਜੋ ਤੁਸੀਂ ਮਲਟੀਮੀਡੀਆ ਬਣਾਇਆ, ਦੈਟ ਵਿਲ ਇੰਪਰੂਵ। ਜਦੋਂ ਆਪਾਂ ਇਸ ਪੇਪਰ 'ਚ ਅੱਗੇ ਜਾ ਕੇ ਬਣਾਵਾਂਗੇ, ਚਾਹੇ ਤੁਸੀਂ ਆਪਣਾ ਪ੍ਰੈਜੈਂਟੇਸ਼ਨ ਬਣਾਓ, ਚਾਹੇ ਆਪਣਾ ਕੋਈ PDF ਫਾਈਲ ਬਣਾਓ, ਚਾਹੇ ਕੋਈ ਆਪਣੀ ਸ਼ਾਰਟ ਵੀਡੀਓ ਬਣਾਓ, ਇਹ ਸਾਰੀਆਂ ਚੀਜ਼ਾਂ ਤੁਹਾਨੂੰ ਕਿੱਥੇ ਪਲੇ ਕਰਨਗੀਆਂ, ਪਹਿਲਾਂ ਉਸ ਚੀਜ਼ ਦੀ ਪਲੈਨਿੰਗ ਕਰੋਗੇ, ਫਿਰ ਉਹਦਾ ਇੱਕ ਪਲੈਨ ਬਣਾਓਗੇ ਸਟੋਰੀ ਬੋਰਡ ਕਿ ਪਹਿਲੀ ਸਟੈਪ ਕੀ, ਸੈਕਿੰਡ ਸਟੈਪ ਕੀ। ਦੈਨ ਉਹਨੂੰ ਬਣਾਉਣ ਤੋਂ ਬਾਅਦ ਸਟੋਰੀ ਬੋਰਡ ਦੇ ਅਕੋਰਡਿੰਗਲੀ ਜਦੋਂ ਤੁਸੀਂ ਬਣਾ ਲਓਗੇ, ਡਿਵੈਲਪ ਕਰ ਲਓਗੇ, ਦੈਨ ਤੁਸੀਂ ਉਹਦੀ ਐਡੀਟਿੰਗ ਕਰੋਗੇ। ਦਿਸ ਇਜ਼ ਦਾ ਥਰਡ ਸਟੈਪ। ਦੈਨ ਫੋਰਥ ਵਨ ਇਜ਼ ਔਥਰਿੰਗ। ਉਹਦੇ ਵਿੱਚ ਕੀ ਹੈ, ਜੋ ਕੰਟੈਂਟ ਤੁਸੀਂ ਬਣਾਇਆ ਉਹਦੀ ਟੈਸਟਿੰਗ ਕਰਨੀ, ਚੈੱਕ ਕਰਕੇ ਦੇਖਣਾ ਕਿ ਜੇ ਵੀਡੀਓ ਬਣਾਈ ਹੈ ਕਿਤੇ ਰੁਕਦੀ ਤਾਂ ਨਹੀਂ, ਕਿਤੇ ਪ੍ਰੋਬਲਮ ਤਾਂ ਨਹੀਂ, ਸੁਣਨ ਵਾਲੇ ਨੂੰ ਸਮਝ ਆ ਰਹੀ ਹੈ। ਟੈਸਟਿੰਗ, ਫਿਰ ਉਹਦੀ ਵੈਲੀਡੇਟਿੰਗ ਕਰਨੀ, ਕਿਸੇ ਐਕਸਪਰਟ ਨੂੰ ਦਿਖਾ ਕੇ, ਕਿਸੇ ਫਰੈਂਡ ਨੂੰ ਦਿਖਾ ਕੇ, ਕਿਸੇ ਟੀਚਰ ਨੂੰ ਦਿਖਾ ਕੇ ਉਹਦੀ ਕੀ ਕਰਾਉਣੀ ਕਿ ਇਹ ਜੋ ਬਣਾਇਆ ਮੈਂ ਮੈਟਰ ਬਹੁਤ ਵਧੀਆ ਤਰੀਕੇ ਨਾਲ ਬਣ ਗਿਆ, ਨਾਓ ਆਈ ਕੈਨ ਯੂਜ਼ ਦਿਸ ਮਟੀਰੀਅਲ ਫਾਰ ਮਾਈ ਸਟੂਡੈਂਟ, ਵੈਲੀਡੇਟਿੰਗ। ਐਂਡ ਦਾ ਲਾਸਟ ਵਨ ਇਜ਼ ਅ ਡਿਲੀਵਰੀ। ਦੈਨ ਤੁਸੀਂ ਕੀ ਕਰੋਗੇ, ਉਸ ਚੀਜ਼ ਦੀ ਡਿਲੀਵਰੀ ਕਰੋਗੇ। ਸੋ ਕਿਸੇ ਵੀ ਮਲਟੀਮੀਡੀਆ ਨੂੰ ਬਣਾਉਣ ਲਈ ਜੋ ਬੇਸਿਕ ਰਿਕੁਆਇਰਮੈਂਟਸ ਨੇ ਉਹ ਕੀ ਨੇ, ਇੱਕ ਤੁਹਾਡੇ ਕੋਲ ਵਿਦ ਇੰਟਰਨੈਟ ਮਲਟੀਮੀਡੀਆ ਕੰਪਿਊਟਰ ਸਿਸਟਮ ਹੋਣਾ ਚਾਹੀਦਾ, ਜਿਹਨੂੰ ਆਪਾਂ ਨੈਟਵਰਕ ਕਹੀਏ, ਆਡੀਓ ਜਾਂ ਵੈਬ ਕੈਮ ਉਹਦੀ ਫੈਸਿਲਿਟੀ ਹੋਵੇ ਤਾਂ ਬੈਟਰ ਹੋਏਗਾ। ਦਾ ਸੈਕਿੰਡ ਆਪਸ਼ਨ ਇਜ਼, ਤੁਹਾਡੇ ਕੋਲ ਉਹਨੂੰ ਹੋਰ ਬੈਟਰ ਬਣਾਉਣ ਲਈ ਵਾਇਰਲੈਸ ਮਾਊਸ ਐਂਡ ਕੀਬੋਰਡ ਹੋਏਗਾ, ਤਾਂ ਡਿਸਟਰਬੈਂਸ ਘੱਟ ਤੋਂ ਘੱਟ ਆਏਗੀ ਬਣਾਉਣ ਦੇ ਵਿੱਚ, ਜਾਂ ਤੁਹਾਡੀ ਮੂਵਮੈਂਟ ਘੱਟ ਤੋਂ ਘੱਟ ਹੋਏਗੀ, ਜਾਂ ਮੀਨਿੰਗਫੁਲ ਮੂਵਮੈਂਟ ਜ਼ਿਆਦਾ ਹੋਣਗੀਆਂ, ਅਨਮੀਨਿੰਗਫੁਲ ਜਿਹੜੀਆਂ ਆਪਾਂ ਕਹੀਏ ਮੀਨਿੰਗਲੈਸ ਮੂਵਮੈਂਟਸ, ਉਹ ਘੱਟ ਜਾਣਗੀਆਂ। ਦੈਨ ਤੁਹਾਡੇ ਕੋਲ LCD ਪ੍ਰੋਜੈਕਟਰ ਹੋ ਸਕਦਾ, ਇੱਕ ਸਕਰੀਨ ਹੋ ਸਕਦੀ ਹੈ ਜਿਹਦੇ ਥਰੂ ਦੇਖ ਕੇ ਜੇ ਤੁਸੀਂ ਵੀਡੀਓ ਰਿਕਾਰਡ ਕਰਨੀ ਚਾਹੁੰਦੇ ਹੋ, ਸਾਹਮਣੇ ਕੰਟੈਂਟ ਪ੍ਰੈਜੈਂਟ ਹੋ ਸਕਦਾ ਅਤੇ ਤੁਸੀਂ ਉਹਨੂੰ ਬੈਠ ਕੇ ਉਸ ਤਰੀਕੇ ਨਾਲ ਪੜ੍ਹਾ ਸਕਦੇ ਹੋ। ਦੈਨ ਆਡੀਓ ਸਿਸਟਮ, ਮਾਈਕਰੋਫੋਨ, ਇੱਕ ਲੇਜ਼ਰ ਪੁਆਇੰਟਰ ਯੂਜ਼ ਕਰ ਸਕਦੇ ਹਾਂ ਕਿਸੇ ਚੀਜ਼ ਨੂੰ ਹਾਈਲਾਈਟ ਕਰਨਾ, ਵਿਜ਼ੁਅਲਾਈਜ਼ਰ ਯੂਜ਼ ਕਰ ਸਕਦੇ ਹਾਂ, ਜੇ ਤੁਹਾਡੇ ਕੋਲ ਇੰਟਰੈਕਟਿਵ ਬੋਰਡ ਹੈ ਉਹ ਯੂਜ਼ ਕਰ ਸਕਦੇ ਹੋ ਕਾਲਜ ਦਾ। ਸੋ ਕਹਿਣ ਦਾ ਭਾਵ ਕੀ ਹੈ ਕਿ ਸਿੰਪਲ ਟੂ ਕੰਪਲੈਕਸ ਤੁਸੀਂ ਮਲਟੀਮੀਡੀਆ ਬਣਾਉਂਦੇ ਇਹਨਾਂ ਚੀਜ਼ਾਂ ਨੂੰ ਯੂਜ਼ ਕਰ ਸਕਦੇ ਹੋ। ਬਿਲਕੁਲ ਤੁਹਾਡੇ ਮੋਬਾਈਲ ਫੋਨ ਦੇ ਨਾਲ ਵੀ ਮਲਟੀਮੀਡੀਆ ਬਣ ਸਕਦਾ, ਚਾਹੇ ਤੁਸੀਂ ਪ੍ਰੈਜੈਂਟੇਸ਼ਨ ਬਣਾਉਣੀ ਹੈ, ਚਾਹੇ PDF ਬਣਾਉਣੀ ਹੈ, ਚਾਹੇ ਵੀਡੀਓ ਬਣਾਉਣੀ ਹੈ, ਔਰ ਯੂ ਕੈਨ ਆਲਸੋ ਯੂਜ਼ ਦ ਕੰਪਲੈਕਸ ਵਨ ਲਾਈਕ ਇੰਟਰੈਕਟਿਵ ਬੋਰਡ, the visualizer, LCD projector to make your multimedia more effective. ਤੁਸੀਂ ਬਹੁਤਾ ਜ਼ਿਆਦਾ ਪ੍ਰਭਾਵਸ਼ਾਲੀ ਬਣਾਉਣਾ ਚਾਹੁੰਦੇ ਹੋ ਤਾਂ ਉਸ ਤਰੀਕੇ ਨਾਲ ਤੁਸੀਂ ਇਹਨਾਂ ਇੰਸਟਰੂਮੈਂਟ ਨੂੰ, ਇਹਨਾਂ ਟੈਕਨੀਕਲ ਚੀਜ਼ਾਂ ਨੂੰ ਐਡ ਕਰਦੇ ਜਾ ਸਕਦੇ ਹੋ। ਇਹ ਜੋ ਮਲਟੀਮੀਡੀਆ ਅਸੀਂ ਯੂਜ਼ ਕਰਦੇ ਹਾਂ ਜਿਹਦੇ ਨਾਲ ਬੱਚੇ ਦੀਆਂ ਮੈਕਸੀਮਮ ਸੈਂਸ ਔਰਗਨਸ ਯੂਜ਼ ਹੁੰਦੀਆਂ ਨੇ, ਤਾਂ ਉਹਦੀਆਂ ਟੀਚਿੰਗ ਲਰਨਿੰਗ ਪ੍ਰੋਸੈਸ ਦੇ ਵਿੱਚ ਇੰਪਲੀਕੇਸ਼ਨਸ ਕੀ ਨੇ, ਕੀ ਫਾਇਦੇ ਹੁੰਦੇ ਨੇ ਸਾਡੀ ਟੀਚਿੰਗ ਲਰਨਿੰਗ ਪ੍ਰੋਸੈਸ ਦੇ ਵਿੱਚ। ਇਹ ਮੈਂ ਤਕਰੀਬਨ 20 ਤੋਂ 25 ਪੁਆਇੰਟ ਬਣਾਏ ਨੇ ਜਿਹੜੇ ਆਪਣੇ ਆਪ 'ਚ ਸੈਲਫ ਐਕਸਪਲੈਨੇਟਰੀ ਨੇ, ਜਿਨ੍ਹਾਂ ਨੂੰ ਅਸੀਂ ਪਹਿਲਾਂ ਇਨਫੋਰਮਲੀ ਡਿਸਕਸ ਵੀ ਕੀਤਾ ਹੋਣਾ। ਇੱਥੇ ਮੈਂ ਸਿੰਪਲ ਉਹਨਾਂ ਦੇ ਪੁਆਇੰਟ ਇੱਕ ਇੱਕ ਮਿੰਟ 'ਚ ਦੱਸਣ ਦੀ ਕੋਸ਼ਿਸ਼ ਕਰ ਰਿਹਾ। ਸਭ ਤੋਂ ਪਹਿਲੀ ਚੀਜ਼, ਗੱਲ ਕੀ ਹੁੰਦੀ ਹੈ ਕਿ ਬੱਚੇ ਨੂੰ ਵਰਾਇਟੀ ਆਫ ਇਨਫੋਰਮੇਸ਼ਨ ਸੋਰਸਿਸ ਮਿਲ ਜਾਂਦੇ ਨੇ। ਜਦੋਂ ਅਸੀਂ ਮਲਟੀਮੀਡੀਆ ਥਰੂ ਪੜ੍ਹਾਉਂਦੇ ਹਾਂ, ਅਸੀਂ ਟੈਕਸ ਵੀ ਯੂਜ਼ ਕਰਾਂਗੇ, ਗ੍ਰਾਫਿਕਸ ਵੀ ਯੂਜ਼ ਕਰਾਂਗੇ, ਪ੍ਰੈਜੈਂਟੇਸ਼ਨ ਵੀ ਯੂਜ਼ ਕੀਤੀ ਹੈ ਜਾਂ ਵੀਡੀਓ ਵੀ ਯੂਜ਼ ਕੀਤੀ ਹੈ, ਇਟ ਮੀਨਸ ਨਾਓ ਸਟੂਡੈਂਟ ਹੈਜ਼ ਐਕਸੈਸ ਟੂ ਨੰਬਰ ਆਫ ਸੋਰਸਿਸ। ਦਾ ਸੈਕਿੰਡ ਇਜ਼, ਪਹਿਲਾਂ ਨਾਲੋਂ ਜ਼ਿਆਦਾ ਬੱਚੇ ਦੀ ਕੀ ਹੋ ਜਾਂਦੀ ਹੈ, ਅੰਡਰਸਟੈਂਡਿੰਗ ਹੋ ਜਾਂਦੀ ਹੈ ਸਬਜੈਕਟ ਦੀ, ਕਿਉਂਕਿ ਉਹਦੇ ਕੋਲ ਉਹਦਾ ਹੋਰੀਜ਼ਨ ਜਾਂ ਸੋਚਣ ਦਾ ਦਾਇਰਾ ਵੱਡਾ ਹੋ ਗਿਆ, ਉਹਦਾ ਕਿਸੇ ਚੀਜ਼ ਨੂੰ ਸਮਝਣ ਦੀਆਂ ਉਹਦੀਆਂ ਐਗਜ਼ਾਮਪਲਸ ਵੱਖਰੀਆਂ ਆ ਗਈ, ਕਿ ਸਿਰਫ ਟੈਕਸਟ ਤੋਂ ਪੜ੍ਹਦਾ ਸੀ, ਸਿਰਫ ਰੀਡ ਕਰ ਰਿਹਾ ਸੀ, ਹੁਣ ਉਹਨੂੰ ਵੀਡੀਓ ਦੇਖਣ ਨੂੰ ਮਿਲ ਰਹੀ ਹੈ ਕਿ ਕੋਈ ਸਕਿੱਲ ਕਿਵੇਂ ਹੁੰਦੀ ਆ, ਕੋਈ ਪ੍ਰੈਕਟੀਕਲ ਕਿਵੇਂ ਹੁੰਦਾ। ਤਾਂ ਇਹਦੇ ਨਾਲ ਕੀ ਹੋਏਗਾ ਕਿ ਬੱਚੇ ਨੂੰ ਪਹਿਲਾਂ ਨਾਲੋਂ ਬੈਟਰ ਤਰੀਕੇ ਨਾਲ ਅੰਡਰਸਟੈਂਡਿੰਗ ਹੋ ਸਕਦੀ ਹੈ। ਜੇ ਅਸੀਂ ਟੈਕਸਟ ਯੂਜ਼ ਕਰ ਲਿਆ, ਗ੍ਰਾਫਿਕ ਜਾਂ ਕੋਈ ਡਾਇਗ੍ਰਾਮ ਯੂਜ਼ ਕਰ ਲਈ, ਦੈਨ ਜੇ ਕੋਈ ਸਾਊਂਡ ਦੀ ਲੋੜ ਹੈ ਜਾਂ ਵੀਡੀਓ ਦੀ ਲੋੜ ਹੈ, ਅਸੀਂ ਉਹ ਚੀਜ਼ਾਂ ਪ੍ਰੋਵਾਈਡ ਕੀਤੀਆਂ ਨੇ, ਤਾਂ ਇਹਦੇ ਨਾਲ ਉਹਦੀ ਅੰਡਰਸਟੈਂਡਿੰਗ ਪਹਿਲਾਂ ਨਾਲੋਂ ਬੈਟਰ ਹੋ ਜਾਏਗੀ। ਨੈਕਸਟ ਇਜ਼, ਸਟੂਡੈਂਟ ਗੈਟ ਅ ਲਾਈਵ ਵਿਜ਼ਨ ਆਫ ਦਾ ਕੰਟੈਂਟ। ਬੱਚਿਆਂ ਨੂੰ ਕੀ ਕਰਦੇ ਕਿ ਲਾਈਵ ਵਿਜ਼ਨ ਮਿਲ ਜਾਂਦਾ ਇੱਕ ਤਰੀਕੇ ਦਾ ਕਿ ਕਿਵੇਂ ਇਹਨੂੰ ਓਪਰੇਟ। ਦੈਨ ਕਮਸ ਕਿ ਬੱਚਿਆਂ ਨੂੰ ਲਾਈਵ ਵਿਜ਼ਨ ਮਿਲ ਜਾਂਦਾ ਹਰ ਇੱਕ ਚੀਜ਼ ਦਾ, ਜਦੋਂ ਤੁਸੀਂ ਪ੍ਰੈਕਟੀਕਲੀ ਦੇਖਦੇ ਹੋ ਕਿਸੇ ਚੀਜ਼ ਦੀ ਵੀਡੀਓ ਦੇਖਦੇ ਹੋ। ਮੰਨ ਲਓ ਤੁਸੀਂ ਸਾਇੰਸ ਦਾ ਕੋਈ ਟੋਪਿਕ ਪੜ੍ਹ ਰਹੇ ਹੋ, ਉੱਥੇ ਤੁਸੀਂ ਸੋਲਰ ਸਿਸਟਮ ਦੀ ਵਰਕਿੰਗ ਦਾ, ਸੋਲਰ ਸਿਸਟਮ ਦੇ ਵਿੱਚ ਗ੍ਰਹਿ ਕਿਵੇਂ ਘੁੰਮਦੇ ਨੇ, ਬਾਕੀ ਜਿਹੜੇ ਪਲੈਨਟ ਨੇ, ਇਹ ਬੱਚੇ ਨੂੰ ਕੀ ਹੁੰਦਾ, ਇਸ ਚੀਜ਼ ਦੀ ਲਾਈਵ ਜਿਹੜੀ ਹੈਗੀ ਆਪਾਂ ਐਕਸਪੀਰੀਅੰਸ ਕਰਵਾ ਸਕਦੇ ਹਾਂ। ਦੈਨ ਕੀ ਹੁੰਦਾ ਕਿ ਪੋਜ਼ਿਟਿਵ ਇਮੋਸ਼ਨਸ ਹੁੰਦੇ ਨੇ, ਜਦੋਂ ਵਧੀਆ ਤਰੀਕੇ ਨਾਲ ਇੰਟਰੈਕਟਿਵ ਇਹਨਾਂ ਸਿੱਖਦਾ ਬੱਚਾ, ਤਾਂ ਉਹਦਾ ਪੋਜ਼ਿਟਿਵ ਇਮੋਸ਼ਨਸ
ਬਿਲਡਅਪ ਹੁੰਦੇ ਨੇ ਦੈਨ ਬੱਚਿਆਂ ਦਾ ਇੰਟਰਸਟ ਸਟੱਡੀ 'ਚ ਵੱਧਦਾ ਇਹਦੇ ਨਾਲ ਟੀਚਰ ਅਤੇ ਸਟੂਡੈਂਟ ਦੀ ਇੰਟਰੈਕਸ਼ਨ ਪਹਿਲਾਂ ਨਾਲ ਵੱਧ ਜਾਂਦੀ ਹੈ ਫਲੈਕਸੀਬਿਲਿਟੀ ਟੂ ਕੋਰਸ ਕੰਟੈਂਟ ਬੱਚੇ ਆਪਣੇ ਅਕੋਰਡਿੰਗਲੀ ਜੇ ਲੱਗਦਾ ਕਿਤੇ ਵੀ ਇਹਨੂੰ ਅਸੀਂ ਵੱਧ ਦੇਖਣਾ ਜਾਂ ਘੱਟ ਦੇਖਣਾ ਉਹਦੇ ਅਕੋਰਡਿੰਗਲੀ ਚੇਂਜ ਕਰ ਸਕਦੇ ਆ ਦੈਨ ਡਿਕਰੀਜ਼ ਦਾ ਸਟੱਡੀ ਟਾਈਮ ਸਪੈਂਟ ਔਨ ਲਰਨ ਮਟੀਰੀਅਲ ਐਜ਼ ਕੰਪੇਅਰ ਟੂ ਟ੍ਰੈਡੀਸ਼ਨਲ ਕਲਾਸਰੂਮ ਹੁਣ ਬੱਚੇ ਨੂੰ ਜਦੋਂ ਵੀਡੀਓ ਨਾ ਦੇਖਿਆ ਜਾਂ ਉਹਨੇ ਐਨੀਮੇਸ਼ਨ ਨਾ ਦੇਖਿਆ ਤਾਂ ਉਨਾ ਟਾਈਮ ਪੜ੍ਹ ਕੇ ਉਹਨੂੰ 10 ਵਾਰੀ ਪੜ੍ਹਨਾ ਪੈਂਦਾ ਸੀ ਹੁਣ ਉਹ 1 ਵਾਰੀ ਵੀਡੀਓ ਦੇਖ ਕੇ ਜਾਂ ਐਨੀਮੇਸ਼ਨ ਦੇਖ ਕੇ ਸਿੱਖ ਸਕਦਾ ਸੋ ਇਹ ਉਹਨੂੰ ਕੀ ਮਿਲਦਾ ਉਹਨੂੰ ਐਡੀਸ਼ਨਲ ਐਡਵਾਂਟੇਜ ਮਿਲਦਾ ਦੈਨ ਇਟ ਇਨਕਰੀਜ ਸਟੂਡੈਂਟ ਮੋਟੀਵੇਸ਼ਨ ਇਹਦੇ ਨਾਲ ਕੀ ਹੁੰਦੀ ਆ ਬੱਚਿਆਂ ਦੀ ਪਹਿਲਾਂ ਨਾਲ ਪ੍ਰੇਰਣਾ ਵੱਧਦੀ ਆ ਜਦੋਂ ਉਹ ਇੰਟਰੈਕਟਿਵ ਵੇ ਨਾਲ ਸਿੱਖਦੇ ਨੇ ਉਹ ਹੋਰ ਵਾਰ ਵਾਰ ਭੱਜ ਕੇ ਦੇਖਣ ਹਾਂ ਜੇ ਤੁਸੀਂ ਕਲਾਸਰੂਮ 'ਚ ਕਦੇ ਪੜ੍ਹਾਉਣ ਲੱਗੇ ਟੀਚਿੰਗ ਪ੍ਰੈਕਟਿਸ ਟਾਈਮ ਵੀ ਥੋੜ੍ਹਾ ਜਿਹਾ ਮੀਡੀਆ ਅਲੱਗ ਅਲੱਗ ਯੂਜ਼ ਕਰ ਲਓ ਤਾਂ ਬੱਚੇ ਤੁਹਾਡੀ ਕਲਾਸ ਨਾਲ ਹੋਰ ਅਟੈਚ ਹੋ ਜਾਂਦੇ ਨੇ ਮੋਟੀਵੇਟ ਹੋ ਜਾਂਦੇ ਨੇ ਦੈਨ ਇਹਦੇ ਥਰੂ ਅਸੀਂ ਕੋਲੈਬਰੇਟਿਵ ਵਰਕ ਕਰ ਸਕਦੇ ਹਾਂ ਇਕੱਠੇ ਹੋ ਕੇ ਮੀਡੀਆ ਬਣਾ ਸਕਦੇ ਹਾਂ ਕੋਈ ਨਾ ਕੋਈ ਮਲਟੀ ਮੀਡੀਆ ਜਿਹਦੇ ਨਾਲ ਟੀਚਰਸ ਤੇ ਬੱਚੇ ਆਪਸ ਵਿੱਚ ਮਿਲ ਕੇ ਜਾਂ ਟੀਮ ਆਫ ਟੀਚਰਸ ਮਿਲ ਕੇ ਕੋਲੈਬਰੇਟਿਵ ਵਰਕ ਕਰ ਸਕਦੇ ਆ ਇਹਦੇ ਨਾਲ ਹੀ ਪਹਿਲਾਂ ਨਾਲੋਂ ਬੈਟਰ ਅਤੇ ਮੋਰ ਕੁਆਲਿਟੀ ਦਾ ਜਿਹੜਾ ਕੰਟੈਂਟ ਆ ਟੀਚਿੰਗ ਲਰਨਿੰਗ ਮਟੀਰੀਅਲ ਆ ਉਹ ਤਿਆਰ ਹੋ ਜਾਂਦਾ ਨੈਕਸਟ ਪੁਆਇੰਟ ਲਰਨਿੰਗ ਪਹਿਲਾਂ ਨਾਲੋਂ ਇਨਹਾਂਸ ਹੁੰਦੀ ਹੈ ਇਹ ਤੁਹਾਡੀ ਟੀਚਿੰਗ ਪਹਿਲਾਂ ਨਾਲੋਂ ਇੰਪਰੂਵ ਹੋ ਜਾਂਦੀ ਹੈ ਜਿਹੜੇ ਬੱਚੇ ਨੇ ਮਲਟੀਮੀਡੀਆ ਦੇ ਥਰੂ ਪੂਰੇ ਵਰਲਡ ਨੂੰ ਐਕਸਪਲੋਰ ਕਰਨ ਦੀ ਕੋਸ਼ਿਸ਼ ਕਰਦੇ ਨੇ ਉਹਨਾਂ ਨੂੰ ਜ਼ਿਆਦਾ ਇਨਫੋਰਮੇਸ਼ਨ ਇੱਕ ਪਲੈਟਫਾਰਮ 'ਤੇ ਮਿਲ ਜਾਂਦੀ ਹੈ ਬੈਟਰ ਵੇ ਨਾਲ ਜਦੋਂ ਉਹ ਸਾਰੀਆਂ ਚੀਜ਼ਾਂ ਨੂੰ ਪ੍ਰੋਸੈਸ ਨੂੰ ਸਮਝ ਲੈਂਦੇ ਨੇ ਪਹਿਲੇ ਸਟੈਪ ਤੋਂ ਦੂਜਾ ਕੀ ਹੈ ਦੂਜੇ ਤੋਂ ਤੀਜਾ ਕੀ ਹੈ ਚੌਥਾ ਕੀ ਹੈ ਮੀਨਸ ਡਿਟੇਲ ਦੇ ਵਿੱਚ ਚਾਹੇ ਵੀਡੀਓ ਦੇਖੀ ਚਾਹੇ ਐਨੀਮੇਸ਼ਨ ਦੇਖੀ ਚਾਹੇ ਕੰਬੀਨੇਸ਼ਨ ਆਫ ਮੀਡੀਆ ਤੋਂ ਚੀਜ਼ ਸਿੱਖੀ ਤਾਂ ਉਹਦੇ ਨਾਲ ਕੀ ਹੁੰਦਾ ਉਹਨਾਂ ਨੂੰ ਸਾਰੀ ਪ੍ਰੋਸੈਸ ਦਾ ਪਤਾ ਲੱਗ ਜਾਂਦਾ ਜਿਹਦੇ ਨਾਲ ਉਹਨਾਂ ਦੀ ਪ੍ਰੋਬਲਮ ਸੋਲਵਿੰਗ ਅਬਿਲਿਟੀ ਵੀ ਪਹਿਲਾਂ ਨਾਲੋਂ ਕੀ ਹੁੰਦੀ ਹੈ ਇੰਪਰੂਵ ਹੁੰਦੀ ਹੈ ਇਸੇ ਤਰੀਕੇ ਨਾਲ ਟੈਕਨੋਲੋਜੀ ਨਾਲ ਸੰਬੰਧਿਤ ਜੋ ਰੀਅਲ ਵਰਲਡ ਸਕਿੱਲਸ ਨੇ ਉਹ ਹੌਲੀ ਹੌਲੀ ਜਦੋਂ ਬੱਚੇ ਹਰ ਰੋਜ਼ ਮਲਟੀਮੀਡੀਆ ਦੇਖਦੇ ਨੇ ਉਹਦੇ ਨਾਲ ਇੰਟਰੈਕਟ ਕਰਦੇ ਨੇ ਤਾਂ ਉਹਨਾਂ ਦੀਆਂ ਰੀਅਲ ਵਰਲਡ ਸਕਿੱਲਸ ਵੀ ਕੀ ਹੁੰਦੀਆਂ ਨੇ ਇੰਪਰੂਵ ਹੋ ਜਾਂਦੀਆਂ ਨੇ ਪਹਿਲਾਂ ਨਾਲੋਂ ਜ਼ਿਆਦਾ ਰਿਟੈਂਸ਼ਨ ਹੁੰਦੀ ਆ ਜਿਸ ਤਰ੍ਹਾਂ ਆਪਾਂ ਪਹਿਲਾਂ ਸ਼ੁਰੂ 'ਚ ਐਡਗਰ ਡੇਲ ਦੀ ਕੋਨ ਦੀ ਗੱਲ ਕੀਤੀ ਸੀ ਕਿ ਜਿੰਨਾ ਅਸੀਂ ਮੀਡੀਆ ਜ਼ਿਆਦਾ ਯੂਜ਼ ਕਰਦੇ ਜਾਵਾਂਗੇ ਉਨਾ ਉਹਦੇ ਨਾਲ ਕੀ ਹੁੰਦਾ ਇੱਕ ਗੱਲ ਦਾ ਧਿਆਨ ਰੱਖਣਾ ਕਿ ਮੀਡੀਆ ਜ਼ਿਆਦਾ ਯੂਜ਼ ਕਰਦੇ ਟਾਈਮ ਜਦੋਂ ਆਪਾਂ ਪਲੈਨਿੰਗ ਦੇ ਵਿੱਚ ਕੀਤਾ ਸੀ ਆਪਾਂ ਧਿਆਨ ਰੱਖਿਆ ਸੀ ਕਿ ਉਹਨੂੰ ਜੁਡੀਸ਼ੀਅਸ ਯੂਜ਼ ਕਰਨੀ ਹੈ ਧਿਆਨ ਰੱਖਣਾ ਕਿੱਥੇ ਟੈਕਸਟ ਦੀ ਲੋੜ ਹੈ ਕਿੱਥੇ ਐਨੀਮੇਸ਼ਨ ਦੀ ਕਿੱਥੇ ਗ੍ਰਾਫਿਕ ਦੀ ਕਿੱਥੇ ਇਮੇਜ ਦੀ ਸੋ ਜਦੋਂ ਆਪਾਂ ਉਹਨੂੰ ਧਿਆਨ ਨਾਲ ਰੱਖ ਕੇ ਮਲਟੀਮੀਡੀਆ ਯੂਜ਼ ਕਰਦੇ ਹਾਂ ਤਾਂ ਬੱਚੇ ਦੀ ਰਿਟੈਂਸ਼ਨ ਪਾਵਰ ਪਹਿਲਾਂ ਨਾਲੋਂ ਜ਼ਿਆਦਾ ਹੋ ਜਾਂਦੀ ਹੈ ਡੀਪਰ ਅੰਡਰਸਟੈਂਡਿੰਗ ਹੁੰਦੀ ਹੈ ਜ਼ਿਆਦਾ ਟ੍ਰਾਂਸਫਰ ਆਫ ਲਰਨਿੰਗ ਹੁੰਦੀ ਹੈ ਇੱਕ ਟੋਪਿਕ ਨੂੰ ਇੱਕ ਜਗ੍ਹਾ ਤੋਂ ਸਿੱਖ ਕੇ ਬੱਚਾ ਦੂਜੀ ਜਗ੍ਹਾ ਵਧੀਆ ਤਰੀਕੇ ਨਾਲ ਪੋਜ਼ਿਟਿਵ ਵੇ ਨਾਲ ਉਹਨੂੰ ਅੱਗੇ ਅਪਲਾਈ ਕਰ ਸਕਦਾ ਇਹਦੇ ਨਾਲ ਬੱਚਿਆਂ ਦੇ ਵਿੱਚ ਕਰਿਓਸਿਟੀ ਵੱਧਦੀ ਹੈ ਪਹਿਲਾਂ ਨਾਲੋਂ ਹੋਰ ਧਿਆਨ ਨਾਲ ਹੋਰ ਉਤਸੁਕਤਾ ਨਾਲ ਦੇਖਣਾ ਸ਼ੁਰੂ ਕਰਦੇ ਨੇ ਦੈਨ ਇਹਨੂੰ ਇਹਦੇ ਥਰੂ ਆਪਾਂ ਕਲਾਸਰੂਮ ਨੂੰ ਮੋਰ ਇੰਟਰੈਕਟਿਵ ਬਣਾ ਸਕਦੇ ਹਾਂ ਬਹੁਤ ਸਾਰੇ ਮਲਟੀਮੀਡੀਆ ਇਹੋ ਜਿਹੇ ਬਣੇ ਹੋਏ ਨੇ ਬਹੁਤ ਸਾਰੀਆਂ ਗੇਮਸ ਦੇ ਫਾਰਮ ਦੇ ਵਿੱਚ ਮਲਟੀਮੀਡੀਆ ਬਣਿਆ ਹੋਇਆ ਜਿੱਥੇ ਬੱਚਾ ਇੰਜੋਏ ਕਰਦਾ ਕਰਦਾ ਉਹਦੇ ਨਾਲ ਇੰਟਰੈਕਟ ਕਰਦਾ ਕਰਦਾ ਸਿੱਖ ਸਕਦਾ ਸੋ ਦੀਜ਼ ਆਰ ਦਾ ਇੰਪਲੀਕੇਸ਼ਨਸ ਔਰ ਐਡਵਾਂਟੇਜ ਆਫ ਮਲਟੀਮੀਡੀਆ ਐਂਡ ਟੀਚਿੰਗ ਲਰਨਿੰਗ ਪ੍ਰੋਸੈਸ ਦੈਨ ਕਮਸ The entire future of education depends upon the application of various technologies in near future. Maybe future education without multimedia is considered as the tree without roots. So, ਆਉਣ ਵਾਲਾ ਸਮਾਂ ਜਿਹੜਾ ਹੈਗਾ ਉਹ ਟੋਟਲੀ ਮਲਟੀਮੀਡੀਆ ਫੋਕਸ ਸਮਾਂ ਹੈ ਚਾਹੇ ਉਹ ਤੁਹਾਡੀ ਰੂਟੀਨ ਲਾਈਫ ਹੈ ਚਾਹੇ ਤੁਹਾਡੀ ਐਜੂਕੇਸ਼ਨ ਹੈ ਚਾਹੇ ਤੁਹਾਡਾ ਆਲਾ ਦੁਆਲਾ ਹਰ ਜਗ੍ਹਾ ਤੁਸੀਂ ਇਸ ਚੀਜ਼ ਨੂੰ ਦੇਖ ਰਹੇ ਹੋ ਸੋ ਉਹੀ ਵਰਤਾਰਾ ਉਹੀ ਚੀਜ਼ ਤੁਹਾਡੇ ਐਜੂਕੇਸ਼ਨ 'ਚ ਵੀ ਹੋਣੀ ਹੈ ਸੋ ਵੀ ਹੈਵ ਟੂ ਬੀ ਵੈਰੀ ਮੱਚ ਕਲੀਅਰ ਦੈਟ ਵੀ ਹੈਵ ਟੂ ਲਿਵ ਵਿਦ ਮਲਟੀਮੀਡੀਆ ਸੋ ਵੀ ਹੈਵ ਟੂ ਅੰਡਰਸਟੈਂਡ ਅਬਾਊਟ ਮਲਟੀਮੀਡੀਆ ਕਿਸੇ ਵੀ ਚੀਜ਼ ਦੇ ਜਦੋਂ ਫਾਇਦੇ ਹੁੰਦੇ ਨੇ ਤਾਂ ਕੁਛ ਨਾ ਕੁਛ ਉਹਦੇ ਨੁਕਸਾਨ ਵੀ ਹੁੰਦੇ ਨੇ ਜਿਹੜੇ ਡਿਸਐਡਵਾਂਟੇਜ ਨੇ ਮੇਨਲੀ ਉਹਨੂੰ ਪ੍ਰੋਪਰ ਵੇ ਨਾਲ ਜਦੋਂ ਆਪਾਂ ਯੂਜ਼ ਨਹੀਂ ਕਰਦੇ ਉਹਦੇ ਨੇ ਜਾਂ ਕਈ ਜਗ੍ਹਾ ਜਿੱਥੇ ਅਜੇ ਸੁਵਿਧਾਵਾਂ ਅਜੇ ਉਨੀਆਂ ਪੂਰੀਆਂ ਨਹੀਂ ਹੈਗੀਆਂ ਫੈਸਿਲਿਟੀਜ਼ ਦੀ ਕਮੀ ਹੈ ਤਾਂ ਉਹ ਇਹਦੇ ਕੀ ਬਣ ਜਾਂਦੇ ਨੇ ਡਿਸਐਡਵਾਂਟੇਜ ਬਣ ਜਾਂਦੇ ਨੇ ਸਭ ਤੋਂ ਪਹਿਲਾ ਪੁਆਇੰਟ ਕਿ ਇਹਦੀ ਪ੍ਰੋਡਕਸ਼ਨ ਕਰਨਾ ਕੰਟੈਂਟ ਬਣਾਉਣਾ ਥੋੜ੍ਹਾ ਜਿਹਾ ਐਕਸਪੈਂਸਿਵ ਹੈ ਟਾਈਮ ਵੀ ਜ਼ਿਆਦਾ ਲੱਗਦਾ ਕਈ ਵਾਰ ਉਦਾਂ ਦਾ ਸੈਟਅਪ ਬਣਾਉਣਾ ਵੀ ਹਰ ਇੱਕ ਬੰਦੇ ਵਾਸਤੇ ਈਜ਼ੀ ਨਹੀਂ ਲੱਗਦਾ ਹੈਗਾ ਸਾਡੇ ਵਾਸਤੇ ਟੈਕਨੋਲੋਜੀਕਲ ਰਿਸੋਰਸ ਜਿਹਦੇ ਵਿੱਚ ਹਾਰਡਵੇਅਰ ਜਿਵੇਂ ਆਪਾਂ ਗੱਲ ਕੀਤੀ ਆ ਕੰਪਿਊਟਰ ਦਾ ਹੋਣਾ ਜਾਂ ਕੋਈ ਕੈਮਰੇ ਦਾ ਹੋਣਾ ਕਈ ਵਾਰ ਉਹ ਨਹੀਂ ਬਣਦਾ ਤਾਂ ਵੀਡੀਓ ਵਗੈਰਾ ਪ੍ਰੋਡਿਊਸ ਕਰਨੀਆਂ ਔਖਾ ਹੁੰਦੀਆਂ ਨੇ ਜਾਂ ਪਾਵਰ ਪੁਆਇੰਟ ਪ੍ਰੈਜੈਂਟੇਸ਼ਨਸ ਪਰ ਅੱਜ ਕੱਲ੍ਹ ਇਹ ਚੀਜ਼ਾਂ ਦੀ ਪ੍ਰਾਈਸ ਵੀ ਘਟੀ ਹੈ ਅਤੇ ਹੁਣ ਇਹ ਜ਼ਿਆਦਾ ਲੋਕਾਂ ਦੇ ਐਕਸੈਸ ਤੱਕ ਆ ਗਈਆਂ ਨੇ ਲੇਕਿਨ ਸਟਿਲ ਅਜੇ ਵੀ ਕੁਛ ਜਗ੍ਹਾ ਦੇ ਉੱਤੇ ਹਾਰਡਵੇਅਰ ਅਤੇ ਸੋਫਟਵੇਅਰ ਦੀ ਸਮੱਸਿਆ ਆਉਂਦੀ ਹੈ
दैन उस तो बाद अगली गल आउंदी है जो बहुत इंपॉर्टेंट है कि साडे अध्यापक साहबान साडे टीचर्स जिहड़े ने उन्हां कोले टेक्नोलॉजिकल स्किल्स दी घाट आ, दे हैव लैक ऑफ स्किल्स, ते उहदे विच चाहे बच्चों की ओरिएंटेशन की गल कहीए चाहे टीचर्स की गल कहीए एक वड्डा डिसएडवांटेज बन जाता जिहदे नाल मल्टीमीडिया अपने ऑब्जेक्टिव पूरे नहीं कर सकता। दैन ਜਿਹੜੇ ਫਾਈਨਾਂਸਰਸ ਨੇ ਜਾਂ ਪੈਸਾ ਜਾਂ ਵਿੱਤ ਹੈ ਉਹ ਵੀ ਕਈ ਵਾਰੀ ਪ੍ਰੋਪਰ ਨਹੀਂ ਮਿਲਦਾ ਹੈਗਾ ਜਿਹਦੇ ਕਰਕੇ ਕੁਛ ਕਮੀਆਂ ਰਹਿ ਜਾਂਦੀਆਂ ਨੇ। ਦੈਨ ਕਈ ਵਾਰ ਕੀ ਹੁੰਦਾ ਜਦੋਂ ਮਲਟੀਮੀਡੀਆ ਨਾਲ ਪੜ੍ਹਾਉਂਦੇ ਹਾਂ ਤਾਂ ਬੱਚੇ ਡਿਸਟਰੈਕਟ ਹੋ ਜਾਂਦੇ ਨੇ। ਤੁਸੀਂ ਇੱਕ ਵੀਡੀਓ ਪਾਈ ਯੂਟਿਊਬ ਦੇ ਉੱਤੇ ਐਜੂਕੇਸ਼ਨਲ ਤੁਹਾਡੇ ਕੰਟੈਂਟ ਦੀ ਤੁਹਾਡੇ ਟੋਪਿਕ ਦੀ, ਕਈ ਵਾਰ ਬੱਚੇ ਉਹ ਦੇਖਦੇ ਹੋਰ ਹੀ ਵੀਡੀਓ ਦੇਖਦੇ ਟਾਈਮ ਉਹਨਾਂ ਦਾ ਕਿਤੇ ਹੋਰ ਜ਼ਿਆਦਾ ਸਪੈਂਡ ਹੋ ਜਾਂਦਾ, ਮੀਨਸ ਕਈ ਵਾਰੀ ਬੱਚੇ ਕੀ ਹੁੰਦੇ ਨੇ ਡਿਸਟਰੈਕਟ ਹੋ ਜਾਂਦੇ ਨੇ। ਦੈਨ ਕਈ ਵਾਰੀ ਮਲਟੀਮੀਡੀਆ ਬਿਲਕੁਲ ਸਹੀ ਹੁੰਦਾ, ਹਰ ਇੱਕ ਚੀਜ਼ ਅਵੇਲੇਬਲ ਹੁੰਦੀ ਆ, ਫਾਈਨਾਂਸ ਇਨਫਰਾਸਟਰਕਚਰ ਹਾਰਡਵੇਅਰ ਸੋਫਟਵੇਅਰ ਸਕੂਲ ਕਾਲਜ ਅਵੇਲੇਬਲ ਹੁੰਦਾ, ਲੇਕਿਨ ਸਾਡਾ ਜਿਹੜਾ ਐਟੀਚਿਊਡ ਹੈ ਉਹ ਪੋਜ਼ਿਟਿਵ ਨਹੀਂ ਹੁੰਦਾ ਕਿਸੇ ਚੇਂਜ ਪ੍ਰਤੀ। ਅਸੀਂ ਚਾਹੁੰਦੇ ਹਾਂ ਕਿ ਜਿਵੇਂ ਚੱਲਦੀ ਆ ਰਹੀ ਆ ਦੁਨੀਆ ਉਸੇ ਤਰੀਕੇ ਨਾਲ ਚੱਲਦਾ ਰਹੇ, ਕਿਉਂ ਇਹਨਾਂ ਨਵੇਂ ਵੇ ਦੇ ਵਿੱਚ ਪੈਣਾ। ਸੋ ਕਈ ਵਾਰ ਉਹਦੇ ਕਰਕੇ ਸਾਨੂੰ ਪ੍ਰੋਬਲਮ ਆਉਂਦੀਆਂ ਨੇ ਜੋ ਇਹਦਾ ਕੀ ਬਣ ਜਾਂਦੀ ਆ ਡਿਸਐਡਵਾਂਟੇਜ ਬਣ ਜਾਂਦੀ ਹੈ, ਕਿਉਂਕਿ ਬਹੁਤੇ ਲੋਕ ਬਦਲਾਅ ਨੂੰ ਬਹੁਤਾ ਪਸੰਦ ਨਹੀਂ ਕਰਦੇ ਕਿਉਂਕਿ ਜਿਵੇਂ ਰਿਲੈਕਸ ਹੁੰਦੇ ਨੇ ਉਵੇਂ ਰਹਿਣਾ ਚਾਹੁੰਦੇ ਨੇ। ਦੈਨ ਇੱਕ ਵੱਡੀ ਜੋ ਪ੍ਰੋਬਲਮ ਹੈਗੀ ਹੈ ਕਿ ਕਈ ਹੁਣ ਜੇ ਆਪਾਂ ਦੇਖੀਏ ਕਿ ਬੰਬੇ ਦਿੱਲੀ ਬੰਗਲੌਰ ਚੰਡੀਗੜ੍ਹ ਲੁਧਿਆਣਾ ਜਿਹੜੇ ਅਰਬਨ ਏਰੀਆਜ਼ ਨੇ ਜਾਂ ਜਿਹੜੇ ਵੱਡੇ ਸਿਟੀਜ਼ ਨੇ ਉੱਥੇ ਜਿਹੜੀ ਇੰਟਰਨੈਟ ਦੀ ਐਕਸੈਸ ਹੈ ਜਾਂ ਡਿਜੀਟਲ ਮੀਡੀਆ ਦੀ ਐਕਸੈਸ ਉਹ ਬਹੁਤ ਜ਼ਿਆਦਾ ਵੱਧ ਗਈ ਹੈ। ਉੱਥੇ ਮਲਟੀਮੀਡੀਆ ਪ੍ਰਪੇਅਰ ਕਰਨਾ ਅਤੇ ਬੱਚਿਆਂ ਵਾਸਤੇ ਯੂਜ਼ ਕਰਨਾ ਥੋੜ੍ਹਾ ਜ਼ਿਆਦਾ ਸੌਖਾ ਐਜ਼ ਕੰਪੇਅਰ ਟੂ ਜਿਹੜੇ ਬਿਲਕੁਲ ਰੂਰਲ ਏਰੀਆ ਦੇ ਵਿੱਚ ਬਿਲਕੁਲ ਰਿਮੋਟ ਏਰੀਆ 'ਚ ਨੇ ਜਿੱਥੇ ਕਈ ਵਾਰ ਇੰਟਰਨੈਟ ਦੀ ਸਪੀਡ ਵੀ ਪ੍ਰੋਪਰ ਨਹੀਂ ਹੁੰਦੀ, ਉੱਥੇ ਕਈ ਵਾਰੀ ਪ੍ਰੋਬਲਮ ਆਉਂਦੀ ਹੈ। ਦੈਨ ਕਨਫਲਿਕਟ ਬਿਟਵੀਨ ਸਟੂਡੈਂਟ ਐਂਡ ਟੀਚਰਸ, ਕਈ ਵਾਰੀ ਕੀ ਹੁੰਦਾ ਜੋ ਕੰਟੈਂਟ ਟੀਚਰ ਟੀਚ ਕਰ ਰਿਹਾ ਹੁੰਦਾ, ਅੱਜ ਕੱਲ੍ਹ ਬੱਚਾ ਇੰਟਰਨੈਟ ਜਾਂ ਵੈਬ ਦੇ ਥਰੂ ਉਹ ਬਹੁਤ ਸਾਰੀਆਂ ਚੀਜ਼ਾਂ ਤੋਂ ਸੋਰਸਿਸ ਦੇਖਦਾ, ਕਈ ਵਾਰ ਕਿਸੇ ਪੁਆਇੰਟ ਦੇ ਉੱਤੇ ਕਨਫਲਿਕਟ ਬਣ ਜਾਂਦਾ। ਸੋ ਕਈ ਵਾਰ ਮਲਟੀਮੀਡੀਆ 'ਚ ਯੂਜ਼ ਕੀਤੀਆਂ ਕੁਝ ਚੀਜ਼ਾਂ ਸੋਰਸ ਆਫ ਕਨਫਲਿਕਟ ਬਣ ਜਾਂਦੀਆਂ ਨੇ ਕਿਉਂਕਿ ਔਨ ਰਿਕਾਰਡ ਹੋ ਜਾਂਦਾ ਕਿ ਤੁਸੀਂ ਆਹ ਚੀਜ਼ ਇੱਥੇ ਆਹ ਚੀਜ਼ ਯੂਜ਼ ਕੀਤੀ ਸੀ, ਲੇਕਿਨ ਇਹ ਚੀਜ਼ ਅਲੱਗ ਅਲੱਗ ਚਾਰ ਸੋਰਸਿਸ ਜਾਂ ਚਾਰ ਜਗ੍ਹਾ 'ਤੇ ਮੈਚ ਨਹੀਂ ਕਰਦੀ। ਸੋ ਇੱਦਾਂ ਦੀਆਂ ਕਈ ਵਾਰ ਪ੍ਰੋਬਲਮ ਸਾਹਮਣੇ ਆਉਂਦੀਆਂ ਨੇ। ਜਿਵੇਂ ਤੁਸੀਂ ਪੜ੍ਹ ਲਈਆਂ ਹੋਣਗੇ ਸਾਰੇ ਪੁਆਇੰਟ, ਅਤੇ ਇਹਨਾਂ 'ਚੋਂ ਬਹੁਤੇ ਪੁਆਇੰਟ ਜਦੋਂ ਪਲੈਨਿੰਗ 'ਚ ਕੋਈ ਕਮੀ ਹੁੰਦੀ ਆ ਉਹਦਾ ਰਿਜ਼ਲਟ ਆ, ਅਦਰਵਾਈਜ਼ ਕੋਈ ਪ੍ਰੋਬਲਮ ਨਹੀਂ ਹੁੰਦੀ। So these are the few points of disadvantages of multimedia. So ਇਹਦੇ ਨਾਲ ਤੁਹਾਡਾ ਟੋਪਿਕ ਮਲਟੀਮੀਡੀਆ ਦੀ ਇੰਟਰੋਡਕਸ਼ਨ, ਮਲਟੀਮੀਡੀਆ ਦਾ ਕਨਸੈਪਟ, ਮਲਟੀਮੀਡੀਆ ਦੇ ਐਲੀਮੈਂਟਸ ਐਂਡ ਮਲਟੀਮੀਡੀਆ ਦੇ ਜਿਹੜੇ ਹੈਗੇ ਨੇ ਡਿਲੀਵਰੀ ਦੇ ਮੋਡਸ ਕੀ ਨੇ ਅਤੇ ਉਹਦੀਆਂ ਇੰਪਲੀਕੇਸ਼ਨ ਐਂਡ ਟੀਚਿੰਗ ਐਂਡ ਲਰਨਿੰਗ ਪ੍ਰੋਸੈਸ ਪੂਰਾ ਹੋ ਜਾਂਦਾ। ਇਹਦੇ ਵਿੱਚ ਇੱਕੋ ਹੀ ਰਿਕੁਐਸਟ ਹੈ ਕਿ ਜਦੋਂ ਤੁਸੀਂ ਨਾਲ ਦੀ ਨਾਲ ਪੁਆਇੰਟ ਪੜ੍ਹਦੇ ਹੋ ਤਾਂ ਪੁਆਇੰਟ ਪੜ੍ਹਦੇ ਤੁਸੀਂ ਇਹਨਾਂ ਨੂੰ ਕੰਪਲੀਟਲੀ ਆਪਣੀਆਂ ਕਾਪੀਜ਼ 'ਤੇ ਨੋਟ ਕਰਕੇ ਤਾਂ ਇਹਦੇ ਰਫ ਨੋਟਸ ਤਿਆਰ ਕਰ ਸਕਦੇ ਹੋ ਤਾਂ ਕਿ ਤੁਹਾਡੇ ਪੇਪਰ ਦੇ ਵਿੱਚ ਲਿਖਣ 'ਚੋਂ ਕੀ ਕਰਨ ਹੈਲਪਫੁਲ ਹੋਣ। ਜਿਸ ਤਰ੍ਹਾਂ ਆਪਾਂ 20-22 ਪੁਆਇੰਟ ਉਹਦੇ ਇੰਪਲੀਕੇਸ਼ਨ ਜਾਂ ਐਡਵਾਂਟੇਜ ਦੇ ਪੜ੍ਹੇ ਨੇ, ਇਹ 8-10 ਦੀਆਂ ਡਿਸਐਡਵਾਂਟੇਜ ਨੇ। ਸੋ ਆਲ ਦੀਜ ਥਿੰਗਸ ਵਿਲ ਹੈਲਪ ਯੂ ਇਨ ਯੂਰ ਐਗਜ਼ਾਮੀਨੇਸ਼ਨ। ਇਸ ਤੋਂ ਬਿਨਾਂ ਜੇ ਕੋਈ ਵੀ ਕੁਐਰੀ ਹੋਏਗੀ ਵੀ ਕੈਨ ਡਿਸਕਸ ਇਨ ਮੋਡਲ, ਉਹਦੇ 'ਚ ਡਿਸਕਸ਼ਨ ਫੋਰਮ 'ਚ ਪਾ ਦਿਓ ਤੁਸੀਂ, ਈਵਨ ਵਟਸਐਪ 'ਤੇ ਵੀ ਯੂ ਆਰ ਮੋਸਟ ਵੈਲਕਮ। ਸੋ ਇੱਕ ਵਾਰੀ ਫਿਰ ਤੋਂ ਮੈਂ 2 ਮਿੰਟ ਦੇ ਵਿੱਚ ਸਾਰੇ ਨੂੰ ਰਿਵਾਈਜ਼ ਕਰ ਰਿਹਾ। ਟੂਡੇ ਵੀ ਆਰ ਡਿਸਕਸਿੰਗ ਅਬਾਊਟ ਦਾ ਮਲਟੀਮੀਡੀਆ, ਜਿਸ ਤਰ੍ਹਾਂ ਸਾਰਾ ਟਾਈਮ ਚੇਂਜ ਹੋ ਰਿਹਾ, ਸਾਰਾ ਵਰਲਡ ਚੇਂਜ ਹੋ ਰਿਹਾ, ਆਲੇ ਦੁਆਲੇ ਤੁਹਾਡੇ ਇੰਟਰਨੈਟ ਆ ਚੁੱਕਿਆ, ਵਰਲਡ ਵਾਈਡ ਵੈਬ ਸੁਣ ਰਹੇ ਹੋ, ਸਿਮੂਲੇਸ਼ਨ ਸੁਣ ਰਹੇ ਹੋ, ਆਨਲਾਈਨ ਗੇਮਿੰਗ ਸੁਣ ਰਹੇ ਹੋ। ਸੋ ਇਹੋ ਜਿਹੇ ਇਨਵਾਇਰਮੈਂਟ ਦੇ ਵਿੱਚ ਜਿਹੜੀ ਟੀਚਿੰਗ ਲਰਨਿੰਗ ਪ੍ਰੋਸੈਸ ਉਹ ਵੀ ਕੀ ਹੋ ਚੁੱਕੀ ਆ, ਮਲਟੀਮੀਡੀਆ ਬੇਸਡ ਹੋ ਚੁੱਕੀ ਹੈ। ਦੈਨ ਡੇਲਸ ਕੋਨ ਆਫ ਐਕਸਪੀਰੀਅੰਸ ਬਹੁਤ ਇੰਪੋਰਟੈਂਟ ਹੈ ਜਦੋਂ ਆਪਾਂ ਮਲਟੀਮੀਡੀਆ ਨੂੰ ਸਮਝਦੇ, ਜੋ ਕਿ ਦੱਸਦੀ ਹੈ ਕਿ ਜਿਵੇਂ ਜਿਵੇਂ ਅਸੀਂ ਮੀਡੀਆਜ਼ ਨੂੰ ਜ਼ਿਆਦਾ ਯੂਜ਼ ਕਰਦੇ ਜਾਂਦੇ ਹਾਂ, ਸਾਡੀਆਂ ਸੈਂਸ ਔਰਗਨਸ ਜ਼ਿਆਦਾ ਯੂਜ਼ ਹੋ ਰਹੀਆਂ ਨੇ, ਤਾਂ ਉਸੇ ਤਰੀਕੇ ਦੇ ਨਾਲ ਕੀ ਹੋ ਰਿਹਾ, ਸਾਡੀ ਰਿਮੈਂਬਰਿੰਗ ਵੀ ਪਹਿਲਾਂ ਨਾਲੋਂ ਵੱਧਦੀ ਜਾ ਰਹੀ ਹੈ। ਸੋ ਇਸੇ ਨੂੰ ਆਪਾਂ ਬਰੀਫਿੰਗ ਦੇ ਵਿੱਚ ਦਿੱਤਾ ਹੋਇਆ ਕਿ ਕਿਵੇਂ ਕਿਵੇਂ ਮੀਡੀਆ ਯੂਜ਼ ਹੋਣ ਦੇ ਨਾਲ ਨਾਲ ਰਿਮੈਂਬਰਿੰਗ ਪਹਿਲਾਂ ਨਾਲੋਂ ਵੱਧ ਰਹੀ ਹੈ। ਇਹਦੇ ਕਨਸੈਪਟ ਦੇ ਵਿੱਚ ਸਿੰਪਲ ਮਲਟੀ ਐਂਡ ਮੀਡੀਆ, ਮਲਟੀ ਮੀਨਸ ਮੈਨੀ, ਮੀਡੀਅਮ ਮੀਨਸ ਟੂਲ ਔਰ ਵਹੀਕਲ ਔਰ ਵੇ ਜਿਹਦੇ ਰਾਹੀਂ ਅਸੀਂ ਪ੍ਰਜੈਂਟ ਕਰਦੇ ਹਾਂ। ਇਹਦੇ ਕਨਸੈਪਟ ਦੀਆਂ ਡੈਫੀਨੇਸ਼ਨਸ, ਦੈਨ ਮਲਟੀਮੀਡੀਆ ਮੇਨਲੀ 2 ਤਰ੍ਹਾਂ ਦਾ ਹੋ ਸਕਦਾ, ਲੀਨੀਅਰ ਐਂਡ ਨੋਨ ਲੀਨੀਅਰ। ਲੀਨੀਅਰ ਦੇ ਵਿੱਚ ਸਿੱਧੀ ਪ੍ਰਕਰਨ ਦੇ ਵਿੱਚ ਸਿੱਧੀ ਰੇਖਾ 'ਚ ਚੱਲਦਾ, ਨੋਨ ਲੀਨੀਅਰ ਦੇ ਵਿੱਚ ਕੀ ਹੈ ਅਲੱਗ ਅਲੱਗ ਬ੍ਰਾਂਚਿਸ ਹੁੰਦੀਆਂ ਨੇ ਜਿਹੜੀਆਂ ਸਿੰਪਲ ਵੀ ਹੋ ਸਕਦੀ ਹੈ ਅਤੇ ਕੰਪਲੈਕਸ ਵੀ ਹੋ ਸਕਦੀ ਹੈ। ਇਹਦੇ ਐਲੀਮੈਂਟ 5 ਮੇਨ ਐਲੀਮੈਂਟ ਨੇ, ਟੈਕਸਟ, ਗ੍ਰਾਫਿਕ, ਸਾਊਂਡ, ਐਨੀਮੇਸ਼ਨ ਐਂਡ ਵੀਡੀਓ।
ਕਿੱਥੇ ਕਿੱਥੇ ਕਿਹੜੀਆਂ ਕਿਹੜੀਆਂ ਚੀਜ਼ਾਂ ਦੀ ਇੰਪੋਰਟੈਂਸ ਆ ਨਾਲ ਦੀ ਨਾਲ ਦੱਸੀ ਗਈ ਆ ਅਤੇ ਇਹਨੂੰ ਡਿਲੀਵਰ ਕਰਨ ਦੇ ਮੋਡਸ ਚਾਰ ਮੇਨ ਮੋਡ ਮੈਂ ਦੱਸੇ ਨੇ ਤੋਂ ਬਿਨਾਂ ਹੋਰ ਬਹੁਤ ਸਾਰੇ ਮੋਡ ਹੋ ਸਕਦੇ ਨੇ ਯੂ ਕੈਨ ਸ਼ੇਅਰ ਥਰੂ ਗੂਗਲ ਡਰਾਈਵ ਯੂ ਕੈਨ ਸ਼ੇਅਰ ਥਰੂ ਅਦਰ ਸੋਰਸਿਸ ਜਿਸ ਤਰ੍ਹਾਂ LMS ਹੈ ਸੋ ਦੇਰ ਆਰ ਨੰਬਰ ਆਫ ਰਿਸੋਰਸਿਸ ਉਹਨੂੰ ਆਪਾਂ ਇੰਟਰਨੈਟ ਸਾਰੇ ਨੂੰ ਕਾਊਂਟ ਕਰ ਸਕਦੇ ਹਾਂ ਸੋ ਇਹ ਮੇਨ ਮੋਡਸ ਨੇ ਜਿਹਨਾਂ ਥਰੂ ਅਸੀਂ ਮਲਟੀਮੀਡੀਆ ਡਿਲੀਵਰ ਕਰ ਸਕਦੇ ਹਾਂ ਡਿਵੈਲਪਮੈਂਟ ਦੀਆਂ ਸਟੇਜਸ ਜਦੋਂ ਅਸੀਂ ਬਣਾ ਰਹੇ ਹਾਂ ਸਭ ਤੋਂ ਪਹਿਲੇ ਸਟੇਜ ਪਲੈਨਿੰਗ ਫਿਰ ਉਹਦਾ ਸਟੋਰੀ ਬੋਰਡ ਤਿਆਰ ਕਰਨਾ ਫਿਰ ਉਹਦੀ ਐਡੀਟਿੰਗ ਕਰਨੀ ਫਿਰ ਉਹਨੂੰ ਆਥਰਿੰਗ ਕਰਨਾ ਇਹ ਨੇ ਉਹਦੀਆਂ ਡਿਵੈਲਪਮੈਂਟ ਸਟੇਜਸ ਬੇਸਿਕ ਰਿਕੁਆਇਰਮੈਂਟ ਕਿ ਤੁਹਾਡੇ ਕੋਲ ਨੈਟਵਰਕ ਕੰਪਿਊਟਰ ਹੋਵੇ ਬਹੁਤ ਵਧੀਆ ਵਾਇਰਲੈਸ ਮਾਊਸ ਐਂਡ ਕੀਬੋਰਡ LCD ਵੀਡੀਓ ਪ੍ਰੋਜੈਕਟਰ ਮੋਬਾਈਲ ਕੈਮਰਾ ਹੋਵੇ ਰਿਕਾਰਡਿੰਗ ਵਾਸਤੇ ਜੇ ਤੁਸੀਂ ਵੀਡੀਓ ਤਿਆਰ ਕਰਨਾ ਚਾਹੁੰਦੇ ਹੋ ਅੱਛਾ ਆਡੀਓ ਸਿਸਟਮ ਹੋ ਸਕਦਾ ਸਾਊਂਡ ਜਿੱਥੇ ਤੁਸੀਂ ਯੂਜ਼ ਕਰਨਾ ਚਾਹੁੰਦੇ ਹੋ ਮਾਈਕਰੋਫੋਨ ਦੀਜ਼ ਆਰ ਦਾ ਬੇਸਿਕ ਥਿੰਗਸ ਦੈਨ ਇਹਦੇ ਐਡਵਾਂਟੇਜਸ ਆਪਾਂ ਡਿਟੇਲ 'ਚ ਡਿਸਕਸ ਕੀਤੇ ਨੇ ਦੈਨ ਡਿਸਐਡਵਾਂਟੇਜਸ ਸੋ ਦਿਸ ਇਜ਼ ਆਲ ਅਬਾਊਟ ਦਾ ਮਲਟੀਮੀਡੀਆ ਟੋਪਿਕ